ਸ਼ਬਦ ਰੂਪ ਪਰਮਾਤਮਾ ਸਾਵਣ ਕ੍ਰਪਾਲ ਦੇ ਚਰਨਾਂ ਵਿੱਚ ਨਮਸਕਾਰ ਹੈ ਜਿਨ੍ਹਾਂ ਨੇ ਸਾਨੂੰ ਆਪਣਾ ਜੈਸ਼ ਕਰਨ ਦਾ ਮੌਕਾ ਦਿੱਤਾ ਹੈ ਸਭ ਸੰਤਾ ਨੇ ਸੰਸਾਰ ਨੂੰ ਅਨਖੂ ਅੰਦੇਰ ਨਗਰੀ ਅੰਨੀ ਨਗਰੀ ਕਿਹਾ ਹੈ ਨਾ ਤਾਂ ਇੱਥੇ ਕੋਈ ਜੀਵ ਸਚਿਆਈ ਨੂੰ ਦੇਖ ਹੀ ਸਕਦਾ ਹੈ ਨਾ ਸਿਣੀ ਨਗਰੀ ਚੋਂ ਬਾਹਰ ਨਿਕਲੀ ਸਕਦਾ ਹੈ ਲੇਕਿਨ ਸੰਤ ਸਤਗੁਰੂ ਬੜੇ ਪਿਆਰ ਨਾਲ ਸਾਨੂੰ ਦੱਸਦੇ ਹੈ ਕਿ ਅਸੀਂ ਸੰਤਾਂ ਤੋਂ ਨਾਮ ਲੈ ਕੇ ਨਾਮ ਦਾ ਦੀਵਾ ਲੈ ਕੇ ਇਸ ਅੰਨੇਖੂ ਵਿੱਚ ਅੰਨੀ ਨਗਰੀ ਵਿੱਚੋਂ ਬਾਹਰ ਵੀ ਨਿਕਲ ਸਕਦੇ ਹਾਂ ਔਰ ਸਚਿਆਈ ਨੂੰ ਅੱਖਾਂ ਦੇ ਨਾਲ ਅਸੀਂ ਦੇਖ ਵੀ ਸਕਦੇ ਹਾਂ ਉਹ ਪਰਮਾਤਮਾ ਪਰਵਤ ਜਿੱਡਾ ਵਿਸ਼ਾਲ ਹੈ ਲੇਕਿਨ ਮੋਹ ਔਰ ਹੰਕਾਰ ਦੀ ਤਰਨ ਦੇ ਓਲੇ ਛੁਪਿਆ ਹੋਇਆ ਹੈ ਮਾਇਆ ਦਾ ਪਰਦਾ ਇਤਨਾ ਪੱਕਾ ਹੈ ਔਰ ਪਰਮ ਦਾ ਪਰਦਾ ਇਤਨਾ ਮੋਟਾ ਹੈ ਕਿ ਕੋਈ ਜੀਵ ਇਸ ਨੂੰ ਚੀਰ ਕੇ ਪਾਰ ਨਹੀਂ ਜਾ ਸਕਦਾਗਾ ਆਪਣੇ ਘਰ ਨਹੀਂ ਪਹੁੰਚ ਸਕਦਾਗਾ ਜਦ ਸਾਨੂੰ ਸਤਿਗੁਰੂ ਦੀ ਦਇਆ ਉਹਨਾਂ ਦਾ ਸਹਾਰਾ ਰਸਤਾ ਮਿਲ ਜਾਂਦਾ ਹੈ ਤੋ ਅਸੀਂ ਅੱਖਾਂ ਨਾਲ ਜਾ ਕੇ ਉਹ ਸਚਾਈ ਨੂੰ ਦੇਖ ਵੀ ਲੈਣੇ ਹੈ ਉਹ ਪਰਮ ਦੇ ਪਰਦੇ ਨੂੰ ਚੀਰ ਵੀ ਲੈਣੇ ਹੈ ਸੋ ਸੰਤ ਮਹਾਤਮਾ ਸਦਾ ਹੀ ਆਖੇ ਸਾਨੂੰ ਪਿਆਰ ਨਾਲ ਦੱਸਦੇ ਹੈ ਕਿ ਉਹ ਪਰਮਾਤਮਾ ਇੱਕ ਹੈ ਉਹਦੇ ਮਿਲਣ ਦਾ ਜੋ ਸਾਧਨ ਔਰ ਤਰੀਕਾ ਹੈ ਉਹ ਵੀ ਇੱਕ ਹੈ ਲੇਕਿਨ ਸੰਤ ਸਾਨੂੰ ਇਹ ਦੱਸਦੇ ਹੈ ਕਿ ਨਾਮ ਦੀ ਕਮਾਈ ਕਰਨ ਵਾਸਤੇ ਸੰਤਾਂ ਦੀ ਸ਼ਰਨ ਵਿੱਚ ਜਾਣ ਤੋਂ ਪਹਿਲਾਂ ਸਾਨੂੰ ਜੋ ਕਿਤਾਬੀ ਬੋਝਾ ਸਿਰ ਤੇ ਚੁੱਕਿਆ ਹੈ ਜੋ ਦਿਮਾਗ ਸੀ ਕਿਤਾਬਾਂ ਨਾਲ ਭਰਿਆ ਹੁੰਦਾ ਹੈ ਉਸ ਨੂੰ ਜ਼ਰੂਰ ਉਸ ਬੋਝੇ ਨੂੰ ਸਿਰ ਤੋਂ ਵੀ ਉਤਾਰਨਾ ਪੈਂਦਾ ਹੈ ਉਹ ਦਿਮਾਗ ਨੂੰ ਖਾਲੀ ਵੀ ਕਰਨਾ ਪੈਂਦਾ ਹੈ ਕਬੀਰ ਸਾਹਿਬ ਕਹਿੰਦੇ ਹੈ ਬੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ ਕੋਈ ਵੀ ਧਰਮ ਗ੍ਰੰਥ ਜਿਹੜਾ ਹੈਗਾ ਉਹ ਗਲਤ ਨਹੀਂਗਾ ਇਹ ਸੰਤਾਂ ਮਹਾਤਮਾ ਨੇ ਸਾਡੇ ਉੱਤੇ ਰਹਿਮ ਖਾ ਕੇ ਆਪਣੇ ਕੀਮਤੀ ਸਮੇ ਨੂੰ ਨੁਕਾਲ ਕੇ ਸਾਡੇ ਗਾਈਡੈਂਸ ਕਰਨ ਵਾਸਤੇ ਉਹਨਾਂ ਨੇ ਲਿਖੇ ਹੈ ਹੁਣ ਜੇ ਅਸੀਂ ਉਹਨਾਂ ਨੂੰ ਨਾ ਵਿਚਾਰੀਏ ਨਾ ਸਮਝੀਏ ਤੋਂ ਉਹ ਸੰਤਾਂ ਮਹਾਤਮਾ ਦਾ ਕਸੂਰ ਨਹੀਂਗਾ ਕਿਸੇ ਵੀ ਸੰਤ ਨੇ ਇਹ ਨਹੀਂ ਕਿਹਾ ਕਿ ਤੁਸੀਂ ਕੋਈ ਵੇਦ ਗ੍ਰੰਥ ਪੜ੍ਹ ਕੇ ਮੁਕਤ ਹੋ ਜਾਓਗੇ ਜਾਂ ਤੁਹਾਡੇ ਮਨ ਨੂੰ ਸ਼ਾਂਤੀ ਆ ਜਾਏਗੀ ਜਾਂ ਤੁਸੀਂ ਖੰਡ ਬ੍ਰਹਮੰਡ ਪਾਰ ਚਲੇ ਜਾਓਗੇ ਜਿੰਨਾ ਮਹਾਤਮਾ ਦੇ ਨਾਂ ਦੇ ਉੱਤੇ ਸੀ ਸੰਪਰਦਾ ਚਲਾ ਰਹੇ ਹਨ ਧਰਮ ਚਲਾ ਰਹੇ ਹਨ ਕਰਮकांड ਕਰ ਰਹੇ ਹਨ ਉਹਨਾਂ ਮਹਾਤਮਾ ਦੇ ਗ੍ਰੰਥਾਂ ਦੇ ਅੰਦਰ ਐਸਾ ਕੁਝ ਵੀ ਨਹੀਂ ਲਿਖਿਆ ਬਲਕਿ ਇਹਨਾਂ ਚੀਜ਼ਾਂ ਦਾ ਖੰਡਨ ਕੀਤਾ ਹੋਇਆ ਹੈ ਉਦੇ ਅੰਦਰ ਨਾਮ ਦੀ ਮਹਿਮਾ ਹੈ ਸ਼ਬਦ ਦੀ ਮਹਿਮਾ ਹੈ ਗੁਰੂ ਨਾਨਕ ਦੀ ਬਾਣੀ ਦੇ ਵਿੱਚ ਤਿੰਨ ਚਾਰ ਚੀਜ਼ਾਂ ਦੀ ਮਹਿਮਾ ਹੈ ਸਭ ਤੋਂ ਪਹਿਲਾਂ ਤਾਂ ਨਾਮ ਦੀ ਮਹਿਮਾ ਹੈ ਕਿਉਂਕਿ ਨਾਮ ਨੇ ਸੰਸਾਰ ਦੀ ਰਚਨਾ ਪੈਦਾ ਕੀਤੀ ਹੈ ਨਾਮ ਦੇ ਆਧਾਰ ਤੇ ਸਾਡੇ ਖੰਡ ਬ੍ਰਹਮੰਡ ਚੱਲ ਰਿਹਾ ਹੈ ਉਸ ਤੋਂ ਬਾਅਦ ਸਤਿਗੁਰੂ ਦੀ ਮਹਿਮਾ ਕੀਤੀ ਹੈ ਕਿ ਉਹਨਾਂ ਤੋਂ ਬਿਨਾਂ ਸਾਨੂੰ ਨਾਮ ਨਹੀਂ ਮਿਲਦਾਗਾ ਅਸੀਂ ਨਾਮ ਦੇ ਨਾਲ ਉਹ ਸ਼ਬਦ ਦੇ ਨਾਲ ਜੁੜ ਨਹੀਂ ਸਕਦੇਗੇ ਤੀਸਰੀ ਮਹਿਮਾ ਮਹਾਤਮਾ ਨੇ ਸਤ ਸੰਗ ਦੀ ਕੀਤੀ ਹੈ ਉਸ ਵਾਤਾਵਰਣ ਦੀ ਕੀਤੀ ਹੈ ਮਤਾ ਦਿਲ ਦੇ ਵਿੱਚ ਖਿਆਲ ਹੋਵੇ ਕਿ ਜਦੋਂ ਪ੍ਰਮਾਤਮਾ ਸਾਡੇ ਅੰਦਰ ਹੈ ਸਤਗੁਰਾਂ ਨੇ ਨਾਮ ਵੀ ਦੇ ਦਿੱਤਾ ਹੈ ਫਿਰ ਸਾਨੂੰ ਉਹ ਦੁਖਾਲੀ ਕਿਉਂ ਨਹੀਂ ਦਿੰਦਾ ਸਾਨੂੰ ਮਿਲਦਾ ਕਿਉਂ ਨਹੀਂਗਾ ਸੰਤ ਸਾਨੂੰ ਦੱਸਦੇ ਹੈ ਫਿਰ ਸਾਨੂੰ ਉਸ ਵਾਤਾਵਰਣ ਦੀ ਲੋੜ ਪੈਂਦੀ ਹੈ ਜਿਹਦੇ ਵਿੱਚ ਅਸੀਂ ਨਾਮ ਜਪ ਸਕੀਏ ਸਾਡਾ ਭੁੱਲੜ ਮਨ ਸ਼ਬਦ ਨਾਮ ਦੀ ਤਰਫ ਆ ਸਕੇ ਉਸ ਨੂੰ ਮਹਾਤਮਾ ਸਤਸੰਗ ਕਹਿੰਦੇ ਹੈ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇਸੀ ਜੋ ਕੁਝ ਗੁਰਦੁਆਰਿਆਂ ਚ ਮੰਦਰਾਂ ਚ ਮਸੀਤਾ ਚ ਹਰੀ ਕੀਰਤਨ ਵਗੈਰਾ ਸੁਣਦੇ ਹੈ ਸਤਸੰਗ ਦੇ ਵਿੱਚ ਜਾਂਦੇ ਹੈ ਇਹ ਸਾਰੇ ਆਪਾਂ ਪਉ ਜਿਹੜੇ ਹੈ ਉਸ ਪਰਮਾਤਮਾ ਦੇ ਮਿਲਣ ਵਾਸਤੇ ਕਰਦੇ ਆਂ ਲੇਕਿਨ ਆਪਾਂ ਕੀ ਕਰਦੇ ਆਂ ਗੁਰਦੁਆਰੇ ਚ ਗਏ ਕੀਰਤਨ ਸੁਣਿਆ ਉਥੇ ਹੀ ਛੱਡ ਆਏ ਸੰਸੰਗ ਦੇ ਅੰਦਰ ਗਏ ਜੋ ਕੁਝ ਉਥੇ ਸੁਣਿਆ ਉਥੇ ਧੋਤੀ ਝਾੜ ਕੇ ਘਰ ਨੂੰ ਆ ਗਏ ਹੁਣ ਉਹਨਾਂ ਮਹਾਤਮਾ ਦੀ ਬਾਣੀ ਦਾ ਜਾਂ ਮਹਾਤਮਾ ਦੇ ਸਮਝਾਉਣ ਦਾ ਤਾਂ ਕੋਈ ਕਸੂਰ ਨਹੀਂਗਾ ਜਦ ਸਾਨੂੰ ਸੰਤ ਮਹਾਤਮਾ ਦੱਸਦੇ ਆ ਕਿ ਦੇਖੋ ਪਿਆਰਿਓ ਕੋਈ ਵੀ ਦੁਨੀਆ ਦਾ ਰਸ ਮਾਨ ਦਾ ਹੋਇਆ ਵਿਸ਼ੇਵਕਾਰਨ ਦੀ ਲਜਤਾ ਲੈਦਾ ਹੋਇਆ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕਦਾਗਾ ਥੋੜਾ ਬਹੁਤਾ ਮਨ ਨੂੰ ਸਾਨੂੰ ਪਲਟਾ ਦੇਣਾ ਪੈਂਦਾ ਹੈ ਚੌਥੀ ਮਹਿਮਾ ਮਹਾਤਮਾ ਨੇ ਅਭਿਆਸ ਦੀ ਕਮਾਈ ਦੀ ਦਸੀ ਹੈ ਕਿਉਂਕਿ ਦੁਨੀਆ ਦਾ ਅਗਰ ਆਪਾਂ ਖੇਤੀਬਾੜੀ ਵੀ ਕਰਦੇ ਹਾਂ ਉਹਨੂੰ ਅੱਛੀ ਬਣਾਉਣੀ ਚਾਹੁੰਦੇ ਆ ਤਾਂ ਖੇਤੀ ਵੀ ਜਿਹੜੀ ਜ਼ਿਮੀਂਦਾਰ ਦਾ ਮੋਟਾ ਜਾਂ ਕੰਮ ਹੈ ਇਹ ਵੀ ਮਿਹਨਤ ਮੰਗਦੀ ਹੈ। ਇੱਕ ਆਦ ਮੰਗਦੀ ਹੈ, ਬੁਹਾਈ ਮੰਗਦੀ ਹੈ, ਪਾਣੀ ਮੰਗਦੀ ਹੈ। 6 ਮਹੀਨੇ ਜ਼ਿਮੀਂਦਾਰ ਉਸ ਦੀ ਖੇਤੀ ਦੀ ਖੂਬ ਮਿਹਨਤ ਕਰਦਾ ਹੈ। ਫੇਰ ਕਿਤੇ ਜਾ ਕੇ ਫਸਲ ਦਾ ਉਹ ਮੂੰਹ ਦੇਖਦਾ ਹੈ। ਇਸੇ ਤਰ੍ਹਾਂ ਵਪਾਰ ਕਰਦੇ ਹਨ ਉਹ ਵੀ ਮਿਹਨਤ ਮੰਗਦਾ ਹੈ। ਬਿਗੈਰ ਮਿਹਨਤ ਤੋਂ ਬਿਗੈਰ ਤਖਲੀਬ ਤੋਂ ਬੱਚਾ ਮਾਤਾ ਪੈਦਾ ਨਹੀਂ ਕਰ ਸਕਦੀਗੀ ਅਗਰ ਸੋਨਾ ਆਪਾ ਖਾਨ ਦੇ ਵਿੱਚੋਂ ਕਢਾਲਣਾ ਹੈ ਤੋਂ ਉਹ ਵੀ ਮਿਹਨਤ ਮੰਗਦਾ ਹੈ ਮੋਤੀ ਪ੍ਰਾਪਤ ਕਰਨਾ ਹੈ ਤੇ ਗਹਿਰੇ ਸਮੁੰਦਰ ਦੇ ਅੰਦਰ ਡੁਬਕੀ ਲਾਉਣੀ ਪੈਂਦੀ ਹੈ ਹੁਣ ਰੂਹਾਨੀਅਤ ਦੇ ਵਿੱਚ ਆ ਕੇ ਅਸੀਂ ਕੀ ਕਰਦੇ ਹਾਂ ਜਿਹੜਾ ਕਿ ਬਹੁਤ ਜ਼ਿਆਦਾ ਮਿਹਨਤ ਮੰਗਦਾ ਹੈ ਜਿੱਥੇ ਕਿ ਬਹੁਤ ਮਿਹਨਤ ਦੀ ਲੋੜ ਹੈ ਇਥੇ ਅਸੀਂ ਮਿਹਨਤ ਦੇ ਚੋਰ ਬਣ ਜਾਂਦੇ ਹਾਂ। ਸਵਾਮੀ ਜੀ ਕਹਿੰਦੇ ਹੈ ਜੋ ਜੋ ਚੋਰ ਭਜਨ ਦੇ ਪ੍ਰਾਣੀ ਸੇ ਸੇ ਦੁੱਖ ਸਹੇ। ਭਜਨ ਦੇ ਚੋਰਾਂ ਨੂੰ ਕੀ ਦੁੱਖ ਮਿਲਦਾ ਹੈ? ਆਲਸ ਨੀਂਦ ਸਤਾਵੇ, ਉਹਨਕੋ ਨਿਤਨਿਤ ਭਰਮ ਗਏ। ਉਹ ਆਲਸੀ ਹੋ ਜਾਂਦੇ ਹੈ, ਭਰਮ ਦੇ ਸ਼ਿਕਾਰ ਹੋ ਜਾਂਦੇ ਹੈ। ਭਰਮ ਕੀ ਹੈ ਕਿ ਜੋ ਕੁਝ ਅਸੀਂ ਅੱਖਾਂ ਨਾਲ ਦੇਖਦੇ ਹੈ। ਸੰਸੰਗ 'ਚ ਵੀ ਜਾਂਨੇ ਹੈ। ਅਭਿਆਸ ਹੀ ਥੋੜਾ ਬਹੁਤਾ ਕਰਦੇ ਹਨ ਪਰਮ ਮਨ ਕੀ ਪਾ ਦਿੰਦਾ ਹੈ ਸਭ ਕੁਝ ਦੇਖ ਕੇ ਵੀ ਸਿਰ ਹਿਲਾ ਦਿੰਦਾ ਹੈ ਅਗਰ ਇਸ ਤੋਂ ਵੀ ਉਹ ਵੱਜ ਜਾਣ ਪਰਮ ਤੋਂ ਵੀ ਵੱਜ ਜਾਣ ਆਲਸ ਤੋਂ ਵੀ ਵੱਜ ਜਾਣ ਨੀਂਦ ਤੋਂ ਵੀ ਵੱਜ ਜਾਣ ਤਾਂ ਸਵਾਮੀ ਜੀ ਕਹਿੰਦੇ ਆ ਫੇਰ ਕਾਮ ਕ੍ਰੋਧ ਕੇ ਧੱਕੇ ਖਾਵੇ ਲੋਭ ਨਦੀ ਮੇਂ ਡੂਬ ਮਰੇ ਤੋ ਮਨ ਨੇ ਵੇਲਾ ਤਾਂ ਬੈਠਣਾ ਨਹੀਂ ਤਗਰ ਤੁਸੀਂ ਅਭਿਆਸ ਨਾ ਕਰੋਗੇ ਕਾਮ ਦੀਆਂ ਲਹਿਰਾਂ ਅੰਦਰ ਉੱਠਣ ਲੱਗ ਪੈਣਗੀਆਂ ਉਹਦੀ ਪੂਰਤੀ ਕਰਨ ਵਾਸਤੇ ਉਸ ਕਾਮ ਇੰਦਰੀ ਤੋਂ ਤੁਸੀਂ ਕੰਮ ਲਓਗੇ ਕਮਜ਼ੋਰੀ ਆਏਗੀ ਖਿਆਲ ਜਿਹੜਾ ਹੈ ਨਾਮ ਔਰ ਕਾਮ ਦੀ ਦੁਸ਼ਮਣੀ ਹੈ ਜੇ ਕੋਈ ਇਹ ਕਹੇ ਕਿ ਮੈਂ ਕਾਮ ਭੋ ਕੇ ਪ੍ਰਮਾਤਮਾ ਨੂੰ ਮਿਲ ਜਾਊਂਗਾ ਇਹ ਉਹਦੀ ਭੁਲ ਹੈ ਕਿਉਂਕਿ ਨਾਮ ਦੀ ਚੜ੍ਹਾਈ ਉੱਪਰ ਨੂੰ ਹੈ ਕੰਮ ਦੀ ਗਰਾਵਿਟੀ نیچے ਨੂੰ ਹੈ ਇਸੇ ਤਰ੍ਹਾਂ ਗ੍ਰੋਧੀ ਕ੍ਰੋਧ ਦੇ ਨਾਲ ਖਿਆਲ ਜਿਹੜਾ ਹੈ ਉਹ ਫੈਲ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਹੁੰਦੇ ਤੁਸੀਂ ਗ੍ਰੋਧੀ ਦਾ ਕਦੇ ਵੀ ਚੈੱਕਅਪ ਕਰਾ ਕੇ ਦੇਖ ਲਓ ਜਦੋਂ ਉਹਨੂੰ ਦੌਰਾ ਪੈ ਹੁੰਦਾ ਹੈ ਉਹਦੇ ਖੂਨ ਦੇ ਅੰਦਰ ਬਦਲਾਅ ਆਇਆ ਹੁੰਦਾ ਹੈ ਇਥੋਂ ਤੱਕ ਕ੍ਰੋਧ ਦੀ ਬੁਰੀ ਹਾਲਤ ਹੋ ਜਾਂਦੀ ਹੈ ਇਨਸਾਨ ਜਿਸ ਖਾਣਾ ਖਾਦੇ ਬਗੈਰ ਇਹ ਜੀ ਨਹੀਂ ਸਕਦਾਗਾ ਉਸ ਦੀ ਤਰਫੇ ਪਿੱਠ ਕਰਕੇ ਬੈਠ ਜਾਂਦਾ ਹੈ ਕ੍ਰੋਧ ਬੰਦੇ ਦੀ ਬੇਇੱਜ਼ਤੀ ਦਾ ਕਾਰਨ ਬਣਦਾ ਹੈ ਤੋਂ ਕ੍ਰੋਧ ਨਾ ਖਿਆਲ ਫੈਲ ਜਾਂਦਾ ਹੈ ਮੋਹ ਦੇ ਵਸ ਹੋਇਆ ਜੀਵ ਇੱਕ ਮਾਸ ਦੇ ਲੋਥੜੇ ਤੋਂ ਵੱਧ ਨਹੀਂ ਹੁੰਦਾਗਾ ਗੁਰੂ ਨਾਨਕ ਕਹਿੰਦੇ ਲੋਭੀ ਦਾ ਵਸਾ ਨਾ ਕੀਜੇ ਜੇ ਕਹ ਪਾਰਬ ਸਾਹਿਬ ਅੰਤ ਕਾਲ ਤਿੱਥੇ ਤੋਂ ਹੈ ਜਿੱਥੇ ਹੱਥ ਨਾ ਪਾਹੇ ਕਿ ਐਸੇ ਲੋਕਾਂ ਦਾ ਵਸਾ ਕਰਨਾ ਚਾਹੀਦਾ ਹੈ ਕਿ ਭਰੋਸ਼ਾ ਕਰਨਾ ਚਾਹੀਦਾ ਹੈ ਇਹ ਹਾਲਤ ਕਿਹਨਾਂ ਦੀ ਹੁੰਦੀ ਹੈ ਬਈ ਜਿਹੜੇ ਭਜਨ ਦੇ ਚੋਰ ਹੈ ਕਾਮ ਕ੍ਰੋਧ ਕੇ ੱੱੱਕੇ ਖਾਵੇ ਲੋਭ ਨਦੀ ਮੇ ਡੂ ਮਰੇ ऐसे दशा माह नित ਵਰਤੇ ਹਮ ਕਿਉ ਕਰ ਸਮਝਾਏ ਸਕੇ Swami ji maharaj ਕਹਿੰਦੇ ਹੈ ਭਜਨ ਵਿਆਸ ਕਰਨਾ ਕੋਈ ਆਪਸ ਸੰਗ ਦੇ ਅੰਦਰ ਜਾਣਾ ਕਿਸੇ ਤੇ ਅਸਾਨ ਨਹੀਂ ਕਰਨਾ ਹੁੰਦਾਗਾ ਇਹ ਤਾਂ ਸੇ ਆਪਣੇ ਆਪ ਤੇ ਦਇਆ ਕਰਨੀ ਹੈ ਆਪਣੇ ਆਪ ਤੇ ਤਰਸ ਕਰਨਾ ਹੈ ਕਿ ਬੜਾ ਪ੍ਰਮਾਤਮਾ ਨੇ ਕੀਮਤੀ ਸਮਾਂ ਦਿੰਦਾ ਹੈ ਸੋ ਇਸ ਵਾਸਤੇ ਸੰਤ ਮਹਾਤਮਾ ਨੇ ਜਿਤਨੇ ਵੀ ਇਹ ਗ੍ਰੰਥ ਧਰਮ ਗ੍ਰੰਥ ਲਿਖੇ ਹੈ ਉਹਨਾਂ ਦੇ ਅੰਦਰ ਉਹਨਾਂ ਨੇ ਆਪ ਦਾ ਜੋ ਰੂਹਾਨੇ ਰੁਕਾਵੜ ਹੈ ਉਹ ਲਿਖਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਦੀ ਜ਼ਿੰਦਗੀ ਦੀ ਮਿਹਨਤਾਂ ਕੀਤੀਆਂ ਮਹਾਤਮਾ ਦਾ ਸਾਨੂੰ ਦੱਸਣ ਦਾ ਆਪਦੀ ਮਿਹਨਤ ਕਰਨ ਦਾ ਇਹੀ ਮਤਲਬ ਹੁੰਦਾ ਹੈ ਕਿ ਸਾਡਾ ਵੀ ਭੁੱਲੜ ਮਨ ਉਸ ਪਾਸੇ ਲੱਗੇ ਹਾਲਾਂਕਿ ਮੈਂ ਦੱਸਦਾ ਹਾਂ ਕਿ ਤਰੋਂ ਬਣੇ-ਬਣਾਏ ਭਾਂਡੇ ਆਉਂਦੇ ਹੈ ਪਰ ਫਿਰ ਵੀ ਸਾਨੂੰ ਡੈਮੋਨਸਟ੍ਰੇਸ਼ਨ ਦੇਣ ਦੀ ਖਾਤਰ ਉਹ ਦਿਨ ਰਾਤ ਗੁਰੂ ਦੇ ਚਰਨਾਂ 'ਚ ਵੀ ਜਾਂਦੇ ਹੈ ਉਹਦੀ ਭਾਲ ਦੇ ਅੰਦਰ ਵੀ ਉਹ ਬੜੇ ਸਾਲ ਲੁੰਦੇ ਹੈ ਜਦ ਉਹਨਾਂ ਦਾ ਗੁਰੂ ਮਿਲ ਜਾਂਦਾ ਹੈ ਫਿਰ ਵੀ ਉਹ ਦਿਨ ਰਾਤ ਮਿਹਨਤ ਕਰਦੇ ਹੈ ਸਭ ਤੋਂ ਪਹਿਲਾਂ ਉਹਨਾਂ ਦਾ ਕੰਮ ਕੀ ਹੁੰਦਾ ਹੈ ਕਿ ਜੋ ਗੁਰੂ ਕਹਿੰਦਾ ਹੈ ਉਸ ਨੂੰ ਉਹ ਕਰਦੇ ਹੈ ਕਿਉਂਕਿ ਜਿਸ ਨੇ ਗੁਰੂ ਦਾ ਹੁਕਮ ਮੰਨ ਲਿਆ ਉਹਦਾ ਵੇੜਾ ਪਾਰ ਹੈ ਗੁਰੂ ਦਾ ਕੀ ਹੁਕਮ ਹੁੰਦਾ ਹੈ ਕਿ ਵੀ ਤੁਸੀਂ ਸਚਾਈ ਨੂੰ ਖੁਦ ਹੀ ਅੱਖਾਂ ਨਾਲ ਦੇਖੋ ਸੰਤ ਮਹਾਤਮਾ ਨਾ ਤਾਂ ਕਿਸੇ ਨੂੰ ਅੰਧ ਵਿਸ਼ਵਾਸ ਦਿੰਦੇ ਹੈ ਨਾ ਉਹਨਾਂ ਦਾ ਇਹ ਮਿਸ਼ਨ ਹੀ ਹੁੰਦਾ ਹੈ ਉਹ ਤਾਂ ਕਹਿੰਦੇ ਆ ਵੀ ਆਓ ਭਾਈ ਦੇਖੋ ਕਰੋ ਆਪਣੇ ਘਰ ਪਹੁੰਚੋ ਲੇਕਿਨ ਜਿਆਦਾ ਸੀ ਜੀ ਤੁਰਨ ਵਾਸਤੇ ਤਿਆਰ ਨਹੀਂ ਹੁੰਦੇ ਉਹ ਵੀ ਫਿਰ ਸਾਨੂੰ ਦੁਨਿਆਵੀ ਮਸਾਲਾ ਦੁਨਿਆਵੀ ਕਹਾਣੀਆਂ ਪਾਪਾ ਕਿਸ ਸਮਝਾਉਂਦੇ ਹੈ ਕਿ ਇਹ ਨਹੀਂ ਤੈਨਾਂ ਦੇ ਇਹ ਦਬਾਕ ਵਿੱਚ ਬੈਠੇ ਕਮ ਸੇ ਕਮ ਇੱਕ ਉਮਾਇਦੀ ਤਰਫ ਆਉਣ ਨਹੀਂ ਕਿਸੇ ਮਹਾਤਮਾ ਦਾ ਦਿਲ ਨਹੀਂ ਕਰਦਾ ਕਿ ਅਸੀਂ ਇਹਨਾਂ ਨੂੰ ਕਹਾਣੀਆਂ ਸੁਣਾਉਂਦੇ ਰਹੀਏ ਕਿਉਂਕਿ ਸੰਤ ਮਹਾਤਮਾ ਜੈਸਾ ਕਿ ਆਮ ਧਰਮ ਲੋਕ ਮੌਤ ਤੋਂ ਬਾਅਦ ਵਾਅਦਾ ਕਰਦੇ ਹੈ ਕਿ ਵੀ ਤੁਹਾਨੂੰ ਪਰਮਾਤਮਾ ਮਿਲ ਜਾਏਗਾ ਤੁਹਾਨੂੰ ਸਵਰਗ ਮਿਲ ਜਾਏਗਾ ਲੇਕਿਨ ਸੰਤ ਮਹਾਤਮਾ ਐਸੇ ਵਹਿਦਿਆਂ ਦਾ ਕੌਡੀ ਮੁੱਲ ਵੀ ਨਹੀਂ ਸਮਝਦੇਗੇ ਕੀ ਪਤਾ ਹੈ ਕਿ ਵਹਿਦੇ ਪੂਰੇ ਹੋਣ ਜਾਂ ਨਾ ਹੀ ਹੋਣ ਸੰਤ ਸੰ ਦੱਸਦੇ ਆ ਕਿ ਜੇ ਅਸੀਂ ਜਿੰਦੇ ਜੀ ਠੱਗ ਹੈ ਚੋਰ ਹੈ ਕਾਮੀ ਕ੍ਰੋਧੀ ਹੈ ਤੋਂ ਮਤਾ ਦਿਲ ਦੇ ਵਿੱਚ ਖਿਆਲ ਆਵੇ ਕਿ ਅਸੀਂ 10 ਆਦਮੀਆਂ ਨੂੰ ਸਾਥ ਲਾ ਲਿਆ ਠੇਕੇ ਤੇ ਪੜਾ ਲਿਆ ਪੀਆ ਕੋਈ ਧੂਨੇ ਵਗੈਰਾ ਤਪਾ ਲੇ 10 ਦਿਨ ਫਿਰ ਜੋ ਮਰਜੀ ਆ ਕਰਦੇ ਰਹੀ ਗਏ ਤੇ ਸਾਨੂੰ ਅੱਗੇ ਸਵਰਗ ਮਿਲ ਜਾਣਗੇ ਜਾਂ ਪਰਮਾਤਮਾ ਮਿਲ ਜਾਏਗਾ ਇਹ ਭੁੱਲ ਹੈ ਮੈਂ ਦੱਸਦਾ ਸੁਣ ਲੈ ਕਿ ਜੇ ਅਗਰ ਆਪਾਂ ਇਥੋਂ ਇੰਗਲੈਂਡ ਨੂੰ ਗਧਿਆਂ ਦੇ ਪਾਰਸਲ ਕਰਾ ਦਈਏ ਵੀ ਸ਼ਾਇਦ ਉਥੇ ਹਾਥੀ ਨਿਕਲੇ ਆਉਣਗੇ ਉਥੇ ਲਿਖ ਦੇਈਏ ਵੀ ਹਾਥੀ ਐ ਨੇ ਵਿੱਚ ਤੋ ਜੱਜ ਹਾਥ ਚੋਂ ਬਾਹਰ ਕੱਢਾਂਗੇ ਉਹ ਗਧੇ ਨਿਕਲਣਗੇ ਜਿਹੜਾ ਇੱਥੇ ਕਾਮੀ ਕਰੋਧੀ ਹੈ ਉਹ ਮਰ ਕੇ ਮਹਾਤਮਾ ਨਹੀਂ ਬਣੇਗਾ ਸੰਤ ਕਹਿੰਦੇ ਜੋ ਕੁਝ ਕਰਨਾ ਸੋ ਅਭੀ ਕਰਨਾ ਅੱਗੇ ਦਾ ਨਾ ਭਰੋਸਾ ਕਰਨਾ ਉਹ ਤਾਂ ਬੜੇ ਭੁੱਲੜ ਹੈ ਜਿਹੜੇ ਅੱਗੇ ਦਾ ਭਰੋਸਾ ਕਰਦੇ ਹੈ ਤੋ ਸੰਤ ਮਹਾਤਮਾ ਸਾਨੂੰ ਪਿਆਰ ਦੇ ਨਾਲ ਕਹਿੰਦੇ ਹੈ ਕਿ ਬਈ ਜੋ ਵਕਤ ਮਿਲਿਆ ਹੈ ਉਸ ਦੀ ਕਦਰ ਕਰੋ ਕੀ ਕਦਰ ਕਰਨੀ ਹੈ ਕਿ ਸ਼ਬਦ ਨਾਮ ਦੀ ਕਮਾਈ ਕਰੋ ਆਪਣੇ ਜੀਵਨ ਨੂੰ ਸੁਫਰ ਬਣਾਓ ਆਪਣੇ ਜੀਵਨ ਦੀ ਮਹਾਰਾਜ ਨੇ ਪੜਤਾਲ ਕਰਨ ਵਾਸਤੇ ਸਾਨੂੰ ਡੈਰੀ ਦੱਸੀ ਡੈਰੀ ਰੱਖਣ ਦਾ ਭਾਵ ਇਤਨਾ ਹੀ ਹੁੰਦਾ ਹੈ ਕਿ ਅਸੀਂ ਦੇਖਣਾ ਹੈ ਕਿ ਕੱਲ ਅਸੀਂ ਕਿਤਨੇ ਐਬ ਕੀਤੇ ਤਾਕਿ ਕੱਲ ਨੂੰ ਅਸੀਂ ਉਹੀ ਐਬਤਾ ਨਹੀਂ ਕਰ ਰਹੇ ਕੱਲ ਅਸੀਂ ਕੀ ਦੇਖਿਆ ਸੀ ਅੰਦਰ ਅੱਜ ਅਸੀਂ ਕੀ ਦੇਖਿਆ ਹੈ ਅਗਰ ਅੰਦਰ ਅਸੀਂ ਕੁਝ ਦੇਖਿਆ ਨਹੀਂ ਜਾਂ ਸੁਣਿਆ ਨਹੀਂ ਉਸ ਦਾ ਕਾਰਨ ਕੀ ਹੈ ਕੋਈ ਸਾਥੋਂ ਭੈੜਾ ਕਰਮ ਤਾਂ ਨਹੀਂ ਹੋ ਗਿਆ ਸੋ ਇਸ ਵਾਸਤੇ ਸੰਤ ਮਹਾਤਮਾ ਸਾਨੂੰ ਪਿਆਰ ਨਾਲ ਦੱਸਦੇ ਆ ਕਿ ਸੰਗ ਦੇ ਅੰਦਰ ਐਸਾ ਹੀ ਸਮਝ ਸਮਝਾਇਆ ਜਾਂਦਾ ਹੈ ਕਿ ਵੀ ਇਹਨਾਂ ਚੀਜ਼ਾਂ ਤੋਂ ਬਚੋ ਸ਼ਬਦ ਨਾਮ ਦੀ ਕਮਾਈ ਕਰੋ ਸੋ ਜਦੋਂ ਵੀ ਸੰਤ ਮਹਾਤਮਾ ਸੰਸਾਰ ਵਿੱਚ ਆਉਂਦੇ ਹੈ ਉਹ ਹਰ ਇੱਕ ਸਮਾਜ ਦੇ ਅੰਦਰ ਖੁੱਲੇ ਦਿਲ ਨਾਲ ਜਾਂਦੇ ਹੈ ਹਰ ਇੱਕ ਸਮਾਜ ਦੇ ਆਗੂ ਨੂੰ ਖੁੱਲੇ ਦਿਲ ਨਾਲ ਮਿਲਦੇ ਹੈ ਉਹ ਕਿਸੇ ਦੇ ਨਾਲ ਜਿਤਨਾ ਪਸੰਦ ਨਹੀਂ ਕਰਦੇ ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀ ਸੰਤ ਚੁੱਪ ਕਰਕੇ ਹੀ ਆਪਣੀ ਜਿੱਤ ਨੂੰ ਪ੍ਰਾਪਤ ਕਰਦੇ ਹੈ ਮੈਂ ਸੰਵਾਸਾ ਕਦੇ ਵੀ ਸੰਤਨੀ ਕਰਦੇਗੇ ਨਾ ਉਹਨਾਂ ਦਾ ਮਿਸ਼ਨ ਹੀ ਹੁੰਦਾ ਹੈ ਹਾਂ ਸਚਾਈ ਦੱਸਣ ਲੱਗੇ ਉਹ ਬਿਲਕੁਲ ਝਿਜਕਦੇ ਨਹੀਂਗੇ ਤਾਂ ਜਿਹੜਾ ਉਹਨਾਂ ਦਾ ਜੀਵ ਹੁੰਦਾ ਹੈ ਉਹ ਸਚਾਈ ਨੂੰ ਪਕੜਨ ਵਾਸਤੇ ਫੌਰਨ ਖਿੱਚਿਆ ਜਾਂਦਾ ਹੈ ਜਿਸ ਤਰ੍ਹਾਂ ਕੋਲ ਜਿਹੜੀ ਹੈ ਉਹ ਬੋਲਦੀ ਹੈ ਕਾਵਾਂ ਵਿੱਚ ਉਹਨਾਂ ਦਾ ਬੱਚਾ ਹੁੰਦਾ ਹੈ ਉਹਦੀ ਆਵਾਜ਼ ਨੂੰ ਸੁਣ ਕੇ ਫੌਰਨ ਕਾਵਾਂ ਦੀ ਸੰਗਤ ਛੱਡ ਕੇ ਉਹ ਕੋਲ ਦੇ ਆਕੇ ਵਿੱਚ ਮਿਲ ਜਾਂਦਾ ਹੈ ਕੋਲ ਲੈ ਕੇ ਆਪਣੀ ਉਡਾਰੀ ਮਾਰ ਜਾਂਦੀ ਹੈ ਇਸੇ ਤਰ੍ਹਾਂ ਜਦੋਂ ਸੰਤ ਪਿਆਰ ਦੇ ਨਾਲ ਜਿਹੜੇ ਕੋਈ ਉਹਨਾਂ ਦੀ ਅਨਸੰਧੀ ਹੈ ਜਿਸ ਨੂੰ ਹੁਕਮ ਹੁੰਦਾ ਹੈ ਉਹ ਪ੍ਰਮਾਤਮਾ ਦਾ ਵਕਤ ਆ ਗਿਆ ਹੈ ਲਿਖ ਦਿੱਤਾ ਹੈ ਉਹਦੇ ਉੱਪਰ ਉਹਨਾਂ ਦਾ ਆਵਾਜ਼ ਦਾ ਉਹਨਾਂ ਦੀ ਭੋਲੀ ਦਾ ਉਹਨਾਂ ਦੇ ਸਮਝਾਉਣ ਦਾ ਅਸਰ ਹੋ ਜਾਂਦਾ ਹੈ ਉਹ ਵੀ ਦੁਨੀਆ ਦੇ ਵਿਸ਼ੇ-ਵਕਾਰਾਂ ਦੇ ਵਿੱਚ ਲਤ ਮਾਰ ਕੇ ਫੌਰਨ ਉਹਨਾਂ ਦੀ ਸੌਬਤ ਵਿੱਚ ਰਲ ਕੇ ਆਪਣੇ ਘਰ ਪਹੁੰਚ ਜਾਂਦਾ ਹੈ। ਸੋ ਇਸ ਵਾਸਤੇ ਸੰਤ ਮਹਾਤਮਾ ਜਦ ਵੀ ਆਉਂਦੇ ਹੈ ਉਹ ਹਰ ਇੱਕ ਸਮਾਜ ਦੇ ਪ੍ਰੇਮੀਆਂ ਨੂੰ ਮਿਲਦੇ ਹੈ। ਗੁਰੂ ਨਾਨਕ ਦੇਵ ਜੀ ਦੀ ਜਦੋਂ ਬਾਹਰ ਆਪਣੀਆਂ ਉਦਾਸੀਆਂ ਕਰਨ ਦਾ ਉਹਨਾਂ ਦਾ ਮਕਸਦ ਇਹ ਹੀ ਸੀਗਾ ਕਿ ਮੈਂ ਜਿਹੜੇ ਲੋਕ ਧਰਮ ਦੇ ਠੇਕੇਦਾਰ ਹੈ ਉਹਨਾਂ ਲੋਕਾਂ ਨੂੰ ਸਮਝਾਇਆ ਜਾਏ ਕਿ ਉਹ ਪਰਮਾਤਮਾ ਜਿਹੜਾ ਹੈ ਉਹ ਤਾਂ ਅੰਦਰ ਬੈਠਾ ਹੈ ਉਹ ਨਾ ਤਾਂ ਬਾਹਰ ਕਿਸੇ ਦੀਆਂ ਖੜਾਵਾਂ ਨੂੰ ਮੱਥਾ ਟੇਕੜਨਾ ਮਿਲਦਾ ਹੈ ਨਾ ਕਿਸੇ ਮਹਾਤਮਾ ਜਿਹੜਾ ਕਿ ਕਮਾਈ ਕਿਸੇ ਵਕਤ ਕਰਦਾ ਸੀ ਉਹਦੇ ਮੰਝਿਆਂ ਦੇ ਪਾਵੇ ਘੁੱਟਣ ਵਾਲੀ ਮਿਲਦਾ ਹੈ ਨਾ ਉਹ ਜਗ੍ਹਾ ਦੇ ਵਿੱਚ ਮੱਥੇ ਟੇਕਣ ਵਾਲੀ ਉਹ ਮਿਲਦਾ ਹੈ ਹਾਂ ਜੋ ਉਹ ਮਹਾਤਮਾ ਆਪਣੇ ਵਕਤ ਦੇ ਵਿੱਚ ਪ੍ਰਚਾਰ ਕਰ ਗਿਆ ਹੈ ਸ਼ਬਦ ਨਾਮ ਦੀ ਕਮਾਈ ਦਾ ਉਹਦੇ ਉੱਤੇ ਚੱਲਣ ਨਾਲ ਉਹ ਪਰਮਾਤਮਾ ਮਿਲਦਾ ਹੈ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਪਾਕਪਟਨ ਦੇ ਅੰਦਰ ਫਰੀਦ ਸਾਹਿਬ ਦੀ ਗੱਦੀ ਦੇ ਉੱਤੇ ਸ਼ੇਖ ਬਰਮ ਸੀ ਉਹਨਾਂ ਨੂੰ ਮਿਲੇ ਉਹਨਾਂ ਨੇ ਬਹੁਤ ਸਾਰੇ ਉਹਨਾਂ ਤੇ ਸਵਾਲ ਕੀਤੇ ਗੁਰੂ ਨਾਨਕ ਦੀ ਆਸਾ ਜੀ ਦੀ ਵਾਰ ਦੇ ਅੰਦਰ ਵੀ ਬਹੁਤ ਸਾਰੇ ਸ਼ਲੋਕ ਉਹਨਾਂ ਦੇ ਨਾਲ ਸੰਵਾਦ ਦੇ ਲਿਖੇ ਹੋਏ ਹੈ ਉਹ ਸਵਾਲ ਕਰਦੇ ਸਨ ਉਹ ਜਵਾਬ ਦਿੰਦੇ ਸਨ ਇਸੇ ਤਰ੍ਹਾਂ ਅੱਜ ਦੇ ਸ਼ਬਦ ਦਾ ਵੀ ਐਸਾ ਹੀ ਤੱਲਕ ਹੈ ਸ਼ੇਖ ਬਰਮ ਨੇ ਗੁਰੂ ਨਾਨਕ ਦੇਵ ਨੂੰ ਕਿਹਾ ਕਿ ਸਾਡਾ ਅਸਲੀ ਘਰ ਕਿਹੜਾ ਹੈ ਉਹ ਪਰਮਾਤਮਾ ਕਿੱਥੇ ਰਹਿੰਦਾ ਹੈ ਉਹਨੂੰ ਕਿਸ ਤਰ੍ਹਾਂ ਅਸੀਂ ਮਿਲਣਾ ਹੈ ਕਿਸ ਦੀ ਮਦਦ ਦੇ ਨਾਲ ਮਿਲਣਾ ਹੈ ਕੀ ਹੈ ਜਿਹੜਾ ਸਰੀਰ ਹੈ ਹੱਡ ਚਮ ਮਾਸ ਦਾ ਹੀ ਹੈ ਕਿ ਇਸ ਦੇ ਅੰਦਰ ਉਹ ਪਰਮਾਤਮਾ ਵੀ ਰਹਿੰਦਾ ਹੈ ਉਸ ਨੂੰ ਦੇਖਣਾ ਹੈ ਤੇ ਕਿਸ ਤਰ੍ਹਾਂ ਦੇਖਣਾ ਹੈ ਤਾਂ ਕੋਣ ਐਸਾ ਸੰਤ ਹੈ ਕੀ ਉਸ ਦੀ ਨਿਸ਼ਾਨੀ ਹੈ ਕਿ ਜਿਹੜਾ ਸਾਨੂੰ ਉਸ ਰਸਤੇ ਤੇ ਪਾ ਸਕਦਾ ਹੈ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਛੋਟੇ ਜਿਹੇ ਸ਼ਬਦ ਦੇ ਅੰਦਰ ਉਸ ਨੂੰ ਜਵਾਬ ਦਿੰਦੇ ਹੈ ਬੜਾ ਗੌਰ ਨਾਲ ਸਮਝਣ ਵਾਲਾ ਹੈ ਜੀ ਸ਼ਲੋਕ ਮਹਲਾ ਪਹਿਲਾ ਪੰਨਾ 1290 ਘਰ ਮੈਂ ਕਰ ਦੇਖਾਏ ਦੇ ਸੋ ਸਤ ਗੁਰ ਪਰਖ ਸੁ ਜਾਨ ਕਰ ਮੈਂ ਦੇਖਾਏ ਦੇ ਸੋ ਸਤ ਗੁਰ ਪੁਰਖ ਸੁਜਾਨ ਹੁਣ ਆ ਪਿਆਰ ਨਾ ਕਹਿੰਦੇ ਹੈ ਕਿ ਕੀ ਉਹਦੀ ਨਿਸ਼ਾਨੀ ਹੈ ਇਹ ਨਹੀਂ ਕਿ ਉਹਦੇ ਕੰਨਾਂ ਵਿੱਚ ਕਾਠ ਦੀਆਂ ਮੰਦਰਾ ਹੋਣੀਆਂ ਜਾਂ ਪਗਵੇਂ ਕੱਪੜੇ ਹੋਣਗੇ ਜਾਂ ਚਿੱਟੇ ਹੋਣਗੇ ਜਾਂ ਕਾਲੇ ਹੋਣਗੇ ਇਹ ਆ ਹੋਤੇ ਆਗੀ ਹੋਏਗਾ ਜਾਂ ਬਰਾਗੀ ਹੋਏਗਾ ਪਿਆ ਸ਼ਾਦੀ ਸ਼ੁਦਾ ਹੋਏਗਾ ਜਾਂ ਬਿਨਾ ਸ਼ਾਦੀ ਤੇ ਹੋਏਗਾ ਕਹਿਣ ਲੱਗੇ ਐਸਾ ਕੋਈ ਨਹੀਂ ਇਹ ਵੀ ਨਹੀਂ ਵੀ ਉਹ ਹਿੰਦੂਆ ਦੇ ਘਰੇ ਪੈਦਾ ਹੋਏਗਾ ਜਾਂ ਸਿੱਖਾਂ ਦੇ ਪੈਦਾ ਹੋਏਗਾ ਪਿਆ ਪੂਰਬ ਵਿੱਚ ਪੈਦਾ ਹੋਏਗਾ ਜਾਂ ਪੱਛਮ ਦੇ ਵਿੱਚ ਪੈਦਾ ਹੋਏਗਾ ਇਹ ਉਸ ਪਰਮਾਤਮਾ ਦੀ ਮੌਜ ਹੈ ਕਿ ਕਿਸ ਮਾਤਾ ਦੇ ਜਿਸਮ ਨੂੰ ਉਹsene ਭਾਗ ਲਾਉਣੇ ਹੈ ਕਿਸ ਮਾਤਾ ਪਿਤਾ ਨੂੰ ਉਹਨੇ ਵਧਾਈਆਂ ਦਿਵਾਉਣੀਆਂ ਹਨ ਇਹ ਉਸ ਪਰਮਾਤਮਾ ਦੇ ਹੱਥ ਵਿੱਚ ਹੈ ਸੋ ਇਸ ਵਾਸਤੇ ਆ ਪਿਆਰ ਦੇ ਨਾਲ ਕਹਿੰਦੇ ਹੈ ਉਹਦੀ ਇੱਕੋ ਹੀ ਨਿਸ਼ਾਨੀ ਹੁੰਦੀ ਹੈ ਕੀ ਹੈ ਕਿ ਉਹ ਪਰਮਾਤਮਾ ਸਾਡੇ ਸ਼ਰੀਰ ਦੇ ਅੰਦਰ ਹੈ ਸਾਡੀ ਦੇਹ ਔਰ ਵਜੂਦ ਦੇ ਅੰਦਰ ਹੈ ਉਹ ਆ ਕੇ ਸਾਨੂੰ ਕਿਸੇ ਵੀ ਬਾਹਰਲੇ ਕਰਮ ਕਾਂਡ ਦੇ ਵਿੱਚ ਨਹੀਂ ਲਾਉਂਦਾਗਾ ਜਦੋਂ ਪਰਮਾਤਮਾ ਸ਼ਰੀਰ ਦੇ ਅੰਦਰ ਹੈ ਦੇਹ ਔਰ ਵਜੂਦ ਦੇ ਅੰਦਰ ਹੈ ਉਹ ਇਹ ਸ਼ਰੀਰ ਦੇ ਅੰਦਰ ਹੀ ਸਾਨੂੰ ਜਿੱਥੋਂ ਕਿ ਆਤਮਾ ਵਿਛੜੀ ਹੈ ਕਿਉਂਕਿ ਸਾਡੀ ਆਤਮਾ ਸਤਪੁਰਸ਼ ਦੀ ਅੰਸ਼ ਹੈ ਸੱਚਖੰਡ ਦੇ ਰਹਿਣ ਵਾਲੀ ਹੈ ਉੱਥੋਂ ਵਿਛੜ ਕੇ ਨਿਝਲੇ ਮੰਡਲਾਂ ਦੇ ਵਿੱਚ ਆਈ ਜਦ ਇਹ ਨਿਝਲੇ ਮੰਡਲਾਂ ਤੇ ਕਾਰਨ ਦੇਸ਼ ਵਿੱਚ ਆਈ ਕਾਰਨ ਪੜਦਾ ਝੜ ਗਿਆ ਜਦ ਅਸੂਲ ਜਦ ਸੁਕਸ਼ਮ ਦੇ ਵਿੱਚ ਆਈ ਸੁਕਸ਼ਮ ਪੜਦਾ ਛਡ ਗਿਆ ਜਦ স্থੂਲ ਦੇ ਵਿੱਚ ਆਈ ਤੇ স্থੂਲ ਪੜਦਾ ਛਡ ਗਿਆ ਆਪਾਂ ਜਿਸ ਤਰ੍ਹਾਂ ਕਿਸੇ ਲੈਂਪ ਤੋਂ ਦੂਰ ਹੁੰਦੇ ਜਾਂਦੇ ਹੈ ਉਸ ਤਰ੍ਹਾਂ ਆਪਾਂ ਨੂੰ ਉਹ ਲਾਈਟ ਜਿਹੜੀ ਹੈ ਮਧਮ ਹੁੰਦੀ ਨਜ਼ਰ ਆਉਣ ਲੱਗ ਜਾਂਦੀ ਹੈ ਪ੍ਰਕਾਸ਼ ਤਾਂ ਉਸ ਦਾ ਲੈਂਪ ਦਾ ਉਤਨਾ ਹੀ ਹੁੰਦਾ ਹੈ ਜਿੰਨਾ ਆਪਾਂ ਪਹਾੜ ਤੋਂ ਦੂਰ ਜਾਵਾਂਗੇ ਉਤਨੀ ਆਪਾਂ ਨੂੰ ਗਰਮੀ ਜ਼ਿਆਦਾ ਲੱਗੇਗੀ ਜਿਵੇਂ ਜਿਵੇਂ ਪਹਾੜ ਦੇ ਨੇੜੇ ਜਾਵਾਂਗੇ ਓਵੇਂ ਓਵੇਂ ਸਰਦੀ ਜ਼ਿਆਦਾ ਲੱਗੇਗੀ। ਤੋਂ ਜਦ ਅਸਥੂਲ ਪੜਦਾ ਇਸ ਤੇ ਚੜ ਗਿਆ ਤੋਂ ਇਸ ਦੀ ਜਿਹੜੀ ਰੋਸ਼ਨੀ ਹੈ ਉਹ ਬਿਲਕੁਲ ਗੁੰਮ ਹੋ ਗਈ ਹੈ। ਮਹਾਰਾਜ ਜੀ ਸਮਝਾਉਂਦੇ ਹੁੰਦੇ ਸੀਗੇ ਕਿ ਕਿਸ ਤਰ੍ਹਾਂ ਇੱਕ ਲੰਪ ਜਗਦਾ ਹੈ ਉਹਦੇ ਉੱਤੇ ਆਪਾਂ ਕਈ ਪੜਦੇ ਮੋਟੇ ਚੜਾ ਦਿੰਨੇ ਹੈ। ਉਹ ਲੈਂਪ ਤਾਂ ਜਗਦਾ ਹੈ ਪਰ ਜਿਸ ਮਕਾਨ ਵਿੱਚ ਜਾਵਾਂਗੇ ਉੱਥੇ ਰੋਸ਼ਨੀ ਨਹੀਂ ਜਦ ਜੁਗਤੀ ਨਵ ਪੜਦੇ ਉਤਾਰਦੇ ਹਨ ਉਹ ਲੈਂਪ ਪਹਿਲਾਂ ਹੀ ਜਗਦਾ ਹੈ ਤਾਂ ਉਹ ਪੂਰਾ ਇਹ ਉਸ ਮਕਾਨ ਨੂੰ ਰੋਸ਼ਨ ਕਰ ਦਿੰਦਾ ਹੈ ਇਸੇ ਤਰ੍ਹਾਂ ਸਾਡੇ ਅੰਦਰ ਪ੍ਰਮਾਤਮਾ ਨੇ ਪ੍ਰਕਾਸ਼ ਵੀ ਰੱਖਿਆ ਹੈ ਲੇਕਿਨ ਉਹ ਜਿਹੜਾ ਪ੍ਰਕਾਸ਼ ਹੈ ਉਹ ਇਹਨਾਂ ਪਰਦਿਆਂ ਦੇ ਵਿੱਚ ਅਸਥੂਲ ਸੂਖਸ਼ਮ ਕਾਰਨ ਇਹਦੇ ਵਿੱਚ ਗੁੰਮ ਹੋਇਆ ਪਿਆ ਹੈ ਜਦੋਂ ਅਸੀਂ ਮਹਾਤਮਾ ਦੀ ਦੱਸੀ ਹੋਈ ਯੁਗਤੀ ਦੇ ਮਤਾਬਕ ਫੈਲੇ ਖਿਆਲ ਨੂੰ ਅੱਖਾਂ ਦੇ ਪਿੱਛੇ ਲਿਆ ਕੇ ਇਕਾਗਰ ਕਰਦੇ ਹਾਂ ਤਾਂ ਉਸੂਲ ਪਰਦਾ ਲੈ ਜਾਂਦਾ ਹੈ ਜਦ ਹੋਰ ਹਿੰਮਤ ਕਰਕੇ ਅੱਗੇ ਜਾਂਦੇ ਆ ਸੁਕਸ਼ਮ ਜੀ ਲੈ ਜਾਂਦਾ ਹੈ ਅੱਗੇ ਕਾਰ ਲੈ ਜਾਂਦਾ ਹੈ ਜਦ ਅਸੀਂ ਪਾਰ ਬ੍ਰਿੰਨ ਦੇ ਵਿੱਚ ਪਹੁੰਚਦੇ ਹਾਂ ਉੱਥੇ ਆਤਮਾ ਦਾ ਪੂਰਾ ਪ੍ਰਕਾਸ਼ ਹੈ ਉੱਥੇ ਜਾ ਕੇ ਇਸ ਨੂੰ ਪਤਾ ਲੱਗਦਾ ਹੈ ਕਿ ਮੈਂ ਤਾਂ ਐਵੇਂ ਪਰਦਿਆਂ ਦੇ ਵਿੱਚ ਗੁੰਮ ਰਹੀ ਮੇਰਾ ਵੀ ਕੋਈ ਪ੍ਰਮਾਤਮਾ ਹੈ ਸੋ ਇਸ ਵਾਸਤੇ ਆਪ ਪਿਆਰ ਦੇ ਨਾਲ ਕਹਿੰਦੇ ਹੈ ਕਿ ਉਹ ਸੰਤ ਹੈ ਚਾਹੇ ਉਹ ਕੈਸੇ ਵੀ ਕਪੜੇ ਰੱਖਦਾ ਹੈ ਉਸ ਤੋਂ ਬਾਅਦ ਐਸਾ ਮਹਾਤਮਾ ਜਿਹੜਾ ਹੈ ਉਸ ਸੰਸਾਰ ਦੇ ਵਿੱਚ ਆ ਕੇ ਕਦੇ ਵੀ ਸਾਨੂੰ ਕਰਮ ਕਾਂਡ ਦੇ ਵਿੱਚ ਰੀਤੀ ਰਿਵਾਜ ਦੇ ਵਿੱਚ ਉਹ ਨਹੀਂ ਲਾਏਗਾ ਮਤਾਂ ਦਿਲ ਦੇ ਵਿੱਚ ਖਿਆਲ ਹੋਵੇ ਆਪਾਂ ਪਤਾ ਹੀ ਹੈ ਕਿ ਪਾਣੀ ਦੇ ਵਿੱਚ ਜਿੰਨੀ ਮਰਜੀ ਆਪਾਂ ਮਧਾਣੀ ਪਾ ਕੇ ਰੜਕੀ ਜਾਈਏ ਛਾਗ ਆ ਜਾਏਗੀ ਲੇਕਿਨ ਮੱਖਣ ਨਹੀਂ ਆਉਂਦਾਗਾ ਮੱਖਣ ਜਦ ਵੀ ਆਏਗਾ ਦੁੱਧ 'ਚ ਮਧਾਣੀ ਪਾਉਣ ਨਾਲ ਹੀ ਆਏਗਾ ਬਾਹਰਲੇ ਰੀਤੀ ਰਿਵਾਜ ਦੇ ਨਾਲ ਨਾ ਮਨ ਨੂੰ ਸ਼ਾਂਤੀ ਆਵੇ ਬਲਕੇ ਹੰਕਾਰ ਤਾਂ ਹੋ ਜਾਏਗਾ ਕਿ ਮੈਂ ਇਤਨਾ ਸਾਰਾ ਕਰਮਕਾਂਡ ਕਰਦਾ ਹੈ ਮੈਂ ਇਤਨੇ ਤੀਰਥ ਤੇ ਜਾਇਆ ਆਇਆ ਹੈ ਮੈਂ ਇਤਨੀਆਂ ਧੋਣੀਆਂ ਤਪਾਲੀਆਂ ਹੈ ਇਤਨੇ ਜਲ ਧਾਰੇ ਕਰ ਲਏ ਹੈ ਔਰ ਇਤਨੇ ਸਾਰੇ ਮੈਂ ਪਾਠ ਕਰ ਲਏ ਹੈ ਤਾਂ ਮਨ ਵਜਾਏ ਨੀਵਾ ਹੋਣ ਦੇ ਪਤਲਾ ਹੋਣ ਦੇ ਨਿਮਰਤਾ ਲਿਆਉਣ ਦੇ ਅੰਦਰ ਹੋਰ ਹੰਕਾਰ ਆ ਜਾਂਦਾ ਹੈ ਬੁੱਲੇ ਨੇ ਕਿਹਾ ਸੀ ਆਰਨ ਦੀਆਂ ਚੋਰੀਆਂ ਸੂਈ ਕਰਦੇ ਧਾਨ ਮੋਠੇ ਚੜ ਕੇ ਦੇਖਦੇ ਆਉਂਦੇ ਕਦੋਂ ਬਵਾਨ ਦਾਨ ਵਾਸਤੇ ਵੀ ਸਾਨੂੰ ਸੋਚਣਾ ਪੈਂਦਾ ਹੈ ਅੱਜ ਕੱਲ ਦਾਨ ਦਾ ਕੀ ਰਿਵਾਜ ਚੱਲਦਾ ਹੈ ਸਾਨੂੰ ਪਤਾ ਹੀ ਹੈ ਜੇ ਪੁੱਲ ਉਪਲੇਖੇ ਥੋੜੇ ਬਹੁਤੀ ਅਸੀਂ ਦਾਣੇ ਪੁੰਨ ਕਰ ਦਿੰਨੇ ਹੈ ਪੈਸਾ ਪੁੰਨ ਕਰ ਦਿੰਨੇ ਹੈ ਉਹ ਅਖਬਾਰਾਂ 'ਚ ਕੱਟਦੇ ਹੈ ਤੇ ਆ ਉੱਥੇ ਆਪਦੇ ਨਾਂ ਦਾ ਪੱਥਰ ਲਾਉਂਦੇ ਹੈ ਤਾਂ ਕਿ ਜਿਹੜੇ ਸਾਡੇ ਆਉਣ ਵਾਲੇ ਹੈ ਉਹ ਉਹਨਾਂ ਨੂੰ ਵੀ ਹੰਕਾਰ ਹੋ ਜਾਵੇ ਕਿ ਸਾਡਾ ਬੁੱਢਾ ਜਿਹੜਾ ਸੀਗਾ ਨਾ ਉਹ ਬੜਾ ਦਾਨੀ ਹੁੰਦਾ ਸੀਗਾ ਕਿ ਜਿਸ ਪ੍ਰਮਾਤਮਾ ਨੇ ਸਾਨੂੰ ਜੀਵਨ ਦਿੱਤਾ ਹੈ ਆਪਦੇ ਰਹਿਣ ਦੀ ਧਰਤੀ ਦਿੱਤੀ ਹੈ ਔਰ ਜਿਸ ਨੇ ਤਾਕਤ ਦੇਣ ਵਾਸਤੇ ਅੰਨ ਦਿੱਤਾ ਹੈ ਕਿਤਨੀਆਂ ਉਸਨੇ ਨਿਯਮਤਾਂ ਦਿੱਤੀਆਂ ਹਨ ਪੈਦਾ ਹੋਣ ਤੋਂ ਪਹਿਲਾਂ ਉਸਨੇ ਮਾਤਾ ਦੇ ਬੋਬੇ ਅੰਦਰ ਦੁੱਧ ਲੈਂਦਾ ਹੈ ਕਿ ਉਸਨੇ ਵੀ ਕਦੇ ਸਾਨੂੰ ਇੰਨਾ ਆਸਾਨ ਕਰਕੇ ਕੋਈ ਪੱਥਰ ਲਾਏ ਜਾਂ ਕੋਈ ਅਖਬਾਰਾਂ 'ਚ ਕੱਢਿਆ ਵੀ ਮੈਂ ਤੁਹਾਡਾ ਇੰਨਾ ਕੁਝ ਕੀਤਾ ਹੈ ਫੇਰ ਉਹ ਪੱਥਰ ਲਵਾਉਣ ਦੇ ਨਾਲ ਮੈਂ ਦੱਸਦਾ ਹੁੰਦਾ ਹੈ ਕਿ ਜਿਉਂਦਿਆਂ ਨੂੰ ਵੀ ਸ਼ਾਂਤੀ ਨਹੀਂ ਤੇ ਪਿੱਛੇ ਸ਼ਾਂਤੀ ਕਦੀ ਹੋਣੀ ਹੈ ਉਹ ਤਾਂ ਹੰਕਾਰ ਆ ਜਾਂਦਾ ਹੈ ਕਿ ਸੀ ਇਹਨਾਂ ਕੁਝ ਕੀਤਾ ਹੈ ਮਹਾਰਾ ਸਾਵਣ ਸਿੰਘ ਕਹਿੰਦੇ ਨੇ ਤੀਰਥ ਵਰਤ ਅਰਦਾਨ ਕਰ ਮਨ ਮੇ ਤਰੇ ਗੁਮਾਨ ਨਾਨਕ ਨੇ ਭਲ ਜਾਤ ਹੈ ਜਿਉਂ ਕੁੰਚ ਰਿਸ਼ਨਾਣ ਜਿਵੇਂ ਆਪਾਂ ਹਾਥੀ ਨੂੰ ਇਸ਼ਨਾਨ ਕਰਾਉਂਦੇ ਹੈ ਉਹ ਜਦੋਂ ਬਾਹਰ ਆਉਂਦਾ ਹੈ ਆਪਣੇ ਤੇ ਸੁਆਹ ਹੋਰ ਪਾ ਲੈਂਦਾ ਹੈ ਸੋ ਇਸ ਵਾਸਤੇ ਆ ਪਿਆਰ ਨਾ ਕਹਿੰਦੇ ਹੈ ਕਿ ਕੌਣ ਸੰਤ ਹੈ ਬਈ ਜਿਹੜਾ ਇਸ ਘਰ ਦੇ ਅੰਦਰ ਸਾਨੂੰ ਉਸ ਆਵਾਜ਼ ਦੇ ਨਾਲ ਉਸ ਪ੍ਰਕਾਸ਼ ਦੇ ਨਾਲ ਜੋੜਦਾ ਹੈ ਹਾਂ ਬਾਈ ਕਰ ਮਹਿ ਕਰ ਦੇਖਾਏ ਦੇ ਸੋ ਸਤ ਗੁਰ ਪਰਖ ਸੁਜਾਂ ਸ਼ਬਦ ਤੂੰ ਨੇ ਕਾਰੇ ਤੂੰ ਤੇ ਬਾਜੇ ਸ਼ਬਦ ਨਿਸਾਨ ਹੁਣ ਆ ਪਿਆਰ ਦੇ ਨਾਲ ਕਹਿੰਦੇ ਹੈ ਜਿੱਥੇ ਪ੍ਰਕਾਸ਼ ਹੈ ਉਥੇ ਆਵਾਜ਼ ਵੀ ਹੈ ਉਸ ਨੂੰ ਪੰਜ ਸ਼ਬਦ ਵੀ ਕਹਿੰਦੇ ਹੈ ਪੰਜ ਸ਼ਬਦ ਇਸ ਵਾਸਤੇ ਕਹਿੰਦੇ ਹੈ ਕਿ ਉਹ ਪੰਜਾਂ ਮੰਜ਼ਲਾਂ ਵਿੱਚ ਦੀ ਗੁਜ਼ਰਦਾ ਹੈ ਨਾਮਦਾਨ ਦੇ ਵਕਤ ਸੰਤ ਸੇਵਕ ਨੂੰ ਉਹਨਾਂ ਪੰਜਾਂ ਮੰਡਲਾਂ ਦੇ ਨਾਮ ਵੀ ਦੱਸਦੇ ਆ ਉਹਨਾਂ ਦੀਆਂ ਰੋਸ਼ਨੀਆਂ ਵੀ ਦੱਸਦੇ ਆ ਕਿ ਕੈਸਾ ਪ੍ਰਕਾਸ਼ ਹੈ ਕੈਸੀ ਆਵਾਜ਼ ਹੈ ਸਵਾਲ ਪੈਦਾ ਹੁੰਦਾ ਹੈ ਕਿ ਸ਼ਬਦ ਤਾਂ ਇੱਕ ਹੀ ਹੈ ਸੱਚਖੰਡ ਤੋਂ ਉੱਠ ਕੇ ਸਾਡੇ ਸਭ ਦੇ ਮੱਥੇ ਦੇ ਪਿੱਛੇ ਉਹ ਤੁਣਕਾਰਾਂ ਦੇ ਰਿਹਾ ਹੈ ਲੇਕਿਨ ਮਹਾਤਮਾ ਉਸ ਨੂੰ ਪੰਜ ਸ਼ਬਦ ਇਸ ਵਾਸਤੇ ਕਹਿੰਦੇ ਹੈ ਕਿ ਜਿਸ ਤਰ੍ਹਾਂ ਜਿੱਥੋਂ ਦਰਿਆ ਜੇ ਸੋਮੇ ਚ ਜਸਮੇ ਚ ਨਿਕਲਦਾ ਹੈ ਉਸ ਦੀ ਕੋਈ ਹੋਰ ਆਵਾਜ਼ ਹੁੰਦੀ ਹੈ ਜਦੋਂ ਪੱਥਰਾਂ ਦੇ ਵਿੱਚ ਪਾਣੀ गिरਦਾ ਹੈ ਉਹਦੀ ਹੋਰ ਆਵਾਜ਼ ਹੋ ਜਾਂਦੀ ਹੈ ਜਦੋਂ ਸਾਫ਼ ਜ਼ਮੀਨ ਤੇ ਆ ਜਾਂਦਾ ਹੈ ਆਪਸਾਰ ਬਣ ਕੇ ਬੈੰਦਾ ਹੈ ਉਹਦੀ ਬਿਲਕੁਲ ਹੋਰ ਆਵਾਜ਼ ਹੁੰਦੀ ਹੈ ਜਦ ਅਗੇ ਸਮੁੰਦਰ ਦੇ ਵਿੱਚ ਜਾ ਕੇ ਪਾਣੀ गिरਦਾ ਹੈ ਪਾਣੀ ਦੇ ਵਿੱਚ ਪਾਣੀ ਵੱਜਦਾ ਹੈ ਉਹਦੀ ਹੋਰ ਆਵਾਜ਼ ਹੋ ਜਾਂਦੀ ਹੈ ਦ੍ਰਿਅਾ ਇੱਕੋ ਹੀ ਹੈ ਪਾਣੀ ਇੱਕ ਹੀ ਹੈ ਲੇਕਿਨ ਜੈਸੀ ਜੈਸੀ ਅੱਗੇ ਉਹਨੂੰ ਜ਼ਮੀਨ ਮਿਲਦੀ ਹੈ ਵਾਤਾਵਰਣ ਮਿਲਦਾ ਹੈ ਵੈਸਾ ਵੈਸਾ ਉਹ ਆਵਾਜ਼ ਉਹਦੀ ਬਣ ਜਾਂਦੀ ਹੈ ਇਸੇ ਤਰ੍ਹਾਂ ਉਹ ਸ਼ਬਦ ਇੱਕ ਹੀ ਹੈ ਸੱਚ ਕਰਨ ਤੋਂ ਉੱਠਦਾ ਹੈ ਲੇਕਿਨ ਪੰਜਾਂ ਮੰਜ਼ਲਾਂ ਵਿੱਚ ਦੀ ਆਉਂਦਾ ਘਰ ਕੇ ਮਹਾਤਮਾ ਨੇ ਉਹਨਾਂ ਨੂੰ ਪੰਜ ਸ਼ਬਦ ਕਰਕੇ ਬਿਆਨ ਕੀਤਾ ਹੈ ਉਹ ਸ਼ਬਦ ਦੇ ਜਿਹੜੀ ਇਹ ਪ੍ਰਕਾਸ਼ ਦੇ ਜਿਗਗੇ ਹੀ ਸਾਡਾ ਜੀਵਨ ਹੈ ਮੈਂ ਦੱਸਦਾ ਹੁਣਾਂ ਕਿ ਮੈਂ ਅੱਛੀ ਵੈਦਕ ਕੀਤੀ ਹੈ ਕਿ ਬੱਚੇ ਕਈ ਦਫਾ ਪੈਦਾ ਹੋਣ ਸਾਰ ਸਾਹ ਨਹੀਂ ਲੈਂਦੇਗੇ ਅੱਜ ਕੱਲ ਤਾਂ ਅਸੀਂ ਆਮ ਤੌਰ ਤੇ ਹਸਪਤਾਲਾਂ ਦੇ ਵਿੱਚ ਬੱਚੇ ਪੈਦਾ ਕਰਦੇ ਹਾਂ ਕਿਸੇ ਨੂੰ ਉੱਥੇ ਪਾਸ ਨਹੀਂ ਜਾਣ ਦਿੰਦੇਗੇ ਸਾਨੂੰ ਨਹੀਂ ਪਤਾ ਕਿ ਕੀ ਹੁੰਦਾ ਹੈ ਔਰ ਫੇਰ ਉਹ ਮਾਹਰ ਵੀ ਲੋਕ ਹੁੰਦੇ ਆ ਡਾਕਟਰ ਉਹਨਾਂ ਨੂੰ ਬੜੀ ਸਮਝ ਹੁੰਦੀ ਹੈ ਕਿਉਂਕਿ ਕੋਰਸ ਉਹਨਾਂ ਨੇ ਕੀਤੇ ਹੈ ਅੱਗੇ ਪਿੰਡਾਂ ਦੇ ਅੰਦਰ ਹੁਣ ਬਹੁਤ ਸਾਰੇ ਪਿੰਡਾਂ ਚ ਐਸਾ ਹੀ ਹੈ ਕਿ ਅਨਟ੍ਰੇਡ ਦਾਣੀਆਂ ਹੁੰਦੀਆਂ ਹਨ ਤੋਂ ਆਮ ਤੌਰ ਤੇ ਉਹਨਾਂ ਨੂੰ ਬੱਚੇ ਨੂੰ ਪੈਦਾ ਕਰਨ ਦਾ ਕੋਈ ਗਿਆਨ ਨਹੀਂ ਹੁੰਦਾਗਾ ਕਈ ਦਫਾ ਬੱਚਾ ਸਾਹਸ ਨਹੀਂ ਲੈਂਦਾਗਾ ਪੈਦਾ ਹੋਣ ਸਾਰ ਕਿਉਂਕਿ ਪੇਟ ਅੰਦਰ ਹੀ ਕੁਟੀ-ਕਾਟੀ ਰੱਖਦੀਆਂ ਹਨ ਤੋ ਜੋ ਬੱਚਾ ਪੈਦਾ ਹੁੰਦਾ ਉਹ ਸਾਹ ਨਹੀਂ ਲੈਂਦਾਗਾ ਜੇ ਤਾਂ ਫੇਰ ਕੋਲੇ ਕੋਈ ਸਿਆਣੀ ਬਜ਼ੁਰਗ ਹੈ ਜਾਂ ਕੋਈ ਬੰਦਾ ਸਿਆਣਾ ਨੇੜੇ ਹੈ ਉਹ ਦੱਸਦੀਆਂ ਹਨ ਉਹ ਦੱਸਦਾ ਹੈ ਕਿ ਤੁਸੀਂ ਥੋੜਾ ਬਹੁਤਾ ਕੰਠੀ ਖੜਕਾਓ ਸ਼ਾਇਦ ਇਹਦੀ ਇਧਰ ਆਵਾਜ਼ ਦੀ ਤਰਫ ਤਵਜਹ ਜਲੀ ਜਾਏ ਮੇਰਾ ਜਾਤੀ ਤਜਰਬਾ ਹੈ ਕਿ ਬੇਚਕ ਨੂੰ ਸਵਾਸ ਨਾ ਆਉਂਦੇ ਹੁਣ ਮੁਰਦਾ ਪਿਆ ਹੁੰਦਾ ਹੈ ਕਿਉਂਕਿ ਜੇ ਉਦੋਂ ਤਾਜ਼ਾ ਤਾਜ਼ਾ ਉਹਨੇ ਸਰੀਰ ਛੱਡਿਆ ਹੁੰਦਾ ਬੱਚੇ ਨੇ ਸਿਰਫ ਬੇਹੋਸ਼ ਹੁੰਦਾ ਹੈ ਸਾਹ ਦੀ ਗਤੀਵਿਧੀ ਅੰਦਰ ਜਾਨ ਹੁੰਦੀ ਹੈ ਜਦੋਂ ਤੇ ਖੜਕਾ ਕੀਤਾ ਜਾਂਦਾ ਹੈ ਫੌਰਨ ਬੱਚੇ ਸਾਹ ਚਾਲੂ ਹੋ ਜਾਂਦਾ ਹੈ ਤੋਂ ਉਥੋਂ ਇਹ ਯਕੀਨ ਆਉਂਦਾ ਹੈ ਕਿ ਵਾਕਿਆ ਹੀ ਪਰਮਾਤਮਾ ਆਪਦੀ ਆਵਾਜ਼ ਦੇ ਜਿਗਰੇ ਹੀ ਪੇਟ ਅੰਦਰ ਬੱਚੇ ਨੂੰ ਰੱਖਦਾ ਹੈ ਫਿਰ ਅਸੀਂ ਬੇਬੀਆਂ ਹਮੇਸ਼ਾ ਦੇਖਦੇ ਹੈ ਕਿ ਛੋਟਾ ਬੱਚਾ ਕਿਸ ਤਰ੍ਹਾਂ ਪ੍ਰਕਾਸ਼ ਦੇ ਵਿੱਚ ਖੇਡ ਕੇ ਖੁਸ਼ ਹੁੰਦਾ ਹੈ ਪ੍ਰਕਾਸ਼ ਨਾ ਹੋਵੇ ਤਾਂ ਉੱਚੀ ხਾਂ ਮਾਰਨੀ ਸ਼ੁਰੂ ਕਰਦਾ ਹੈ ਕਿਉਂਕਿ ਬੱਚਾ ਉਸ ਪ੍ਰਕਾਸ਼ ਦੇ ਜਰੀਏ ਹੀ ਉਹਦਾ ਜੀਵਨ ਹੈ ਤਾਂ ਇਸ ਵਾਸਤੇ ਉਹ ਪ੍ਰਮਾਤਮਾ ਨੇ ਸਾਡੇ ਅੰਦਰ ਆਵਾਜ਼ ਵੀ ਰੱਖੀ ਹੈ ਪ੍ਰਕਾਸ਼ ਵੀ ਰੱਖਿਆ ਹੈ ਗੁਰੂ ਨਾਨਕ ਕਹਿੰਦੇ ਅੰਤਰ ਜੋਤ ਨਰੰਤਰ ਬਾਣੀ ਸੱਚੇ ਸਹਿਬ ਸੇ ਉਲੁਲਾਈ ਸਾਦੇ ਅੰਦਰ ਉਹ ਜੋਤ ਹੈ ਉਹ ਪ੍ਰਕਾਸ਼ ਹੈ ਉਸ ਦੇ ਅੰਦਰ ਉਹ ਆਵਾਜ਼ ਹੈ ਜਿਸ ਨੂੰ ਗੁਰੂ ਨਾਨਕ ਨੇ ਗੁਰੂ ਬਾਣੀ ਕਿਹਾ ਜਾਂ ਰੱਬੇ ਬਾਣੀ ਜਾਂ ਧੁਰ ਕੀ ਬਾਣੀ ਕਿਹਾ ਹੈ ਜਾਂ ਅਨਹਦ ਬਾਣੀ ਕਿਹਾ ਹੈ ਤਾਂ ਇਸ ਵਾਸਤੇ ਆਪ ਕਹਿੰਦੇ ਹੈ ਜਦ ਅਸੀਂ ਉਸ ਪ੍ਰਕਾਸ਼ ਦੇ ਵਿੱਚ ਜਾਣੇ ਹੈ ਉਸ ਆਵਾਜ਼ ਨੂੰ ਸੁਣਦੇ ਹੈ ਤਾਂ ਸਾਡੀ ਲੈ ਸਾਡਾ ਖਿਆਲ ਸਾਡੀ ਸੁਰਤ ਉਸ ਪ੍ਰਮਾਤਮਾ ਦੇ ਨਾਲ ਜੁੜ ਜਾਂਦੀ ਹੈ ਨਾ ਕੋਈ ਕੌਮ ਛੱਡਣੀ ਹੈ ਨਾ ਮਲਕ ਮੁਝ ਵੀ ਛੱਡਣਾ ਹੈ। ਯਾਨੀ ਕਿ ਹਿੰਦੂਆਂ ਤੋਂ ਸਿੱਖ ਬਣਨਾ ਹੈ ਜਾਂ ਸਿੱਖਾਂ ਤੋਂ ਮੁਸਲਮਾਨ ਬਣਨਾ ਹੈ ਜਾਂ ਮੁਸਲਮਾਨਾਂ ਤੋਂ ਉਸਾਈ ਬਣਨਾ ਹੈ। ਤੁਸੀਂ ਆਪੋ ਆਪਣੇ ਘਰਾਂ ਦੀਆਂ ਡਿਊਟੀਆਂ ਨਿਭਾਉਂਦੇ ਹੋਏ ਬੜੇ ਆਸਾਨੀ ਨਾਲ ਇਸ ਨੂੰ ਕਰ ਸਕਦੇ ਆਂ ਇਹਦੇ ਵਿੱਚ ਕਿਸੇ ਸ਼ਾਦੀ ਸੁਦੇ ਦਾ ਜਾਂ ਸ਼ਾਦੀ ਦਾ ਵੀ ਕੋਈ ਫਰਕ ਨਹੀਂ ਪੈਂਦਾਗਾ। ਸੋ ਇਸ ਵਾਸਤੇ ਆਪ ਕਹਿੰਦੇ ਆ ਕਿ ਤੁਹਾਡੇ ਅੰਦਰ ਉਹ ਪੰਜ ਸ਼ਬਦ ਵੀ ਵੱਜ ਰਹੇ ਹੈ ਬੜੇ ਦਿਲ ਨੂੰ ਮੋਹਣ ਵਾਲੇ ਵੱਜ ਰਹੇ ਹੈ ਹਰ ਆਵਾਜ਼ ਜਿਹੜੀ ਦਿਲ ਨੂੰ ਛੂ ਲੈਂਦੀ ਹੈ ਜਿਹੜੇ ਸੁਣਦੇ ਆ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦਾ ਕਈ ਕੀ ਘੰਟੇ ਜਾਂ ਸੁਰਤ ਉਹ ਸ਼ਬਦ ਨੂੰ ਨਾਲ ਜੁੜ ਜਾਂਦੀ ਹੈ ਉਹ ਉੱਠਣ ਨੂੰ ਉਹਨਾਂ ਦਾ ਦਿਲ ਹੀ ਨਹੀਂ ਕਰਦਾਗਾ ਜੀ पञ्च शब्द तुने कारे तुनते बाजे शब्द निसा दीपलो पले ਨਾਨਕਦੇਵ ਜੀ ਮਹਾਰਾਜ ਉਸ ਛੇਖ ਇਬਰਾਹਿਮ ਨੂੰ ਕਹਿ ਰਹੇ ਹੈ ਕਿ ਦੇਖ ਭਈ ਅੰਦਰ ਉਸ ਕਰਤਾ ਭਗਵਾਨ ਨੇ ਪੜੇ ਹੈਰਾਨ ਕਰਨ ਵਾਲੇ ਖੰਡ ਬ੍ਰਹਮੰਡ ਰਚੇ ਹੋਏ ਹੈ ਜਿਸ ਨੂੰ ਕਿ ਸਾਡੇ ਆਤਮਾ ਦੇਖ ਕੇ ਹੈਰਾਨ ਪਰੇਸ਼ਾਨ ਰਹਿ ਜਾਂਦੀ ਹੈ ਕਿ ਕਿਸ ਤਰ੍ਹਾਂ ਉਸ ਮਹਾਨ ਕਲਾਕਾਰ ਨੇ ਅਨਸਾਨ ਦੇ ਅੰਦਰ ਕੈਸੀ ਕਲਾਕਾਰੀ ਕੀਤੀ ਹੋਈ ਹੈ ਕਿਸ ਤਰ੍ਹਾਂ ਖੰਡ ਬ੍ਰਹਮੰਡ ਬੜੇ ਤਰੀਕੇ ਦੇ ਨਾਲ ਫਿੱਟ ਕੀਤੇ ਹੋਏ ਹੈ ਜੀ ਦੀਪ ਲੋਪਾ ਤਾਲਤੇ ਤਖਤ ਸੁਲਤਾਨ ਉਹ ਪਰਮਾਤਮਾ ਆਪਦੀ ਸਲਤਾਨੀ ਸ਼ਾਨ ਨਾਲ ਉਸ ਤਖਤ ਤੇ ਬੈਠਾ ਹੋਇਆ ਹੈ। ਔਰ ਉਸ ਜਗ੍ਹਾ ਦੇ ਵਿੱਚ ਬਗੈਰ ਕਿਸੇ ਦੀ ਸਹਾਇਤਾ ਤੋਂ ਐਸੇ ਅਦਪੋਤ ਰਾਗ ਰਾਗਣੀਆਂ ਹੋ ਰਹੇ ਹੈ ਕਿ ਜਿਹੜਾ ਇੱਕ ਵਾਰੀ ਵੀ ਸੁਣ ਲੈਂਦਾ ਹੈ ਉਹ ਬਾਹਰਲੇ ਕਿਸੇ ਰਾਗ ਦੇ ਉੱਤੇ ਰੰਗ ਦੇ ਉੱਤੇ ਉਹ ਕਦੇ ਵੀ ਨਹੀਂ ਜਾਏਗਾ। ਉਹਨੂੰ ਪਤਾ ਹੈ ਕਿ ਪ੍ਰਮਾਤਮਾ ਬੋਲਾ ਨਹੀਂ ਕਬੀਰ ਸਾਹਿਬ ਕਹਿੰਦੇ ਮੁੱਲਾ ਮਨਾਰੇ ਕਿਆ ਜਿਹੜੇ ਸਾਈਂ ਨਾ ਬਹਿਰਾ ਹੋਏ ਜਾਂ ਕਾਰਨ ਤੂੰ ਬਾਗ ਦੇ ਦਿਲ ਹੀ ਬੀਤਰ ਜੋਏ ਉਹ ਤਾਂ ਸੁਣ ਲੈ ਜਾ ਕੇ ਉਹ ਤਾਂ ਖੁਦ ਆਪ ਹੀ ਉੱਥੇ ਹੋ ਰਹੀ ਹੈ ਬਗੈਰ ਕਿਸੇ ਦੀ ਮਦਦ ਤੇ ਮਹਾਰਾ ਸਾਵਣ ਸਿੰਘ ਕਹਿੰਦੇ ਹੁੰਦੇ ਸੀ ਦੇ ਬਾਹਰਲੇ ਜਿੰਨੇ ਵੀ ਵਾਜੇ ਹੈ ਜਾਂ ਇਹਨਾਂ ਦੀ ਤਾਰ ਵਿੰਗੀ ਹੋ ਜਾਏਗੀ ਜਾਂ ਵਜਾਉਣ ਵਾਲਾ ਥੱਕ ਜਾਏਗਾ ਪੀਆ ਜਿਹੜੀ ਢੋਲ ਕੀ ਹੈ ਉਹਦਾ ਚੰਮ ਫਟ ਜਾਏਗਾ ਤੋਂ ਕੋਈ 2 ਘੰਟੇ ਵਜਾਂਗੇ 4 ਵਜਾਉਣਗੇ ਇਸ ਵਾਸਤੇ ਆਪ ਕਹਿਣ ਲੱਗੇ ਜੀ ਦਾ ਸੰਤ ਜਿਕਰ ਕਰਦੇ ਹੈ ਉਹ ਤਾਂ ਪਿਆਰੋ ਤੁਹਾਡੇ ਜੀਵਨ ਤੋਂ ਲੈ ਕੇ ਮੌਤ ਵੇਲੇ ਹੀ ਬੰਦ ਹੁੰਦਾ ਹੈ ਲੇਕਿਨ ਜਿਹੜੇ ਲੋਕ ਉੱਥੇ ਪਹੁੰਚ ਜਾਂਦੇ ਹੈ ਇਹ ਉਸ ਨੂੰ ਸੁਣਦੇ ਹੈ ਜੀ ਤਾਰ ਕੋਰ ਬਾਜੰਤਰ ਤੈਂ ਸੱਚ ਤਖਤ ਸੁਲਤਾਨ ਸੁਖ ਮਨ ਕੇ ਕਰ ਰਾਗ ਸੁਨੇ ਸੁਣ ਮੰਡਲ ਲਿਵ ਲਾਈ ਜਦੋਂ ਅਸੀਂ ਸਿਮਰਨ ਦੇ ਜਰੀਏ ਸੁਖਮਨ ਵਿੱਚ ਪਹੁੰਚ ਜਾਂਦੇ ਹਾਂ ਉੱਥੇ ਆਵਾਜ਼ ਆਪਣੇ ਆਪ ਹੀ ਆਉਣੀ ਸ਼ੁਰੂ ਹੋ ਜਾਂਦੀ ਹੈ ਸੁਖਮਨ ਨੂੰ ਪਾਰ ਕਰਕੇ ਜਦ ਅਸੀਂ ਮੰਡਲ ਦੇ ਵਿੱਚ ਜਾਂਦੇ ਹਾਂ ਤਾਂ ਸਾਡੀ ਲਿਵ ਉਸ ਪ੍ਰਮਾਤਮਾ ਨਾਲ ਜੁੜ ਜਾਂਦੀ ਹੈ ਜੀ ਸੁਖਮਨ ਕੈ ਕਰ ਰਾਗ ਸੁਨ ਸੰਨ ਮੰਡਲ ਲਿਵਲਾਏ ਅਕਾਥ ਕਥਾ ਵਿਚਾਰੀਏ ਮਨ ਸਾਮਨੇ ਸਮਾਏ ਹੁਣ ਆ ਪਿਆਰ ਨਾ ਕਹਿੰਦੇ ਹੈ ਕਿ ਉਹ ਨਾ ਤਾਂ ਕਿਸੇ ਗ੍ਰੰਥ ਚ ਕੋਈ ਮਹਾਤਮਾ ਲਿਖ ਸਕਦਾ ਹੈ ਉਹ ਅਖਾਤ ਹੈ ਨਾ ਕੋਈ ਪੰਡਤੀ ਉਹਦੀ ਕਥਾ ਕਰ ਸਕਦਾ ਹੈ ਕਿਉਂਕਿ ਕਥਨ ਵਿੱਚ ਵੀ ਨਹੀਂ ਆਉਂਦਾਗਾ ਉਹ ਅਕਥ ਉਥੇ ਪਹੁੰਚ ਕੇ ਮਨ ਦੇ ਅੰਦਰ ਕੋਈ ਵੀ ਆਸ਼ਾ ਮਨਸ਼ਾ ਨਹੀਂ ਰਹਿੰਦੀਗੀ ਇਹਨੂੰ ਤ੍ਰਿਪਤੀ ਆ ਜਾਂਦੀ ਹੈ ਸ਼ਾਂਤੀ ਆ ਜਾਂਦੀ ਹੈ ਜੀ ਅਕਾਥ ਕਥਾ ਬਿਚਾਰੀ ਹੈ ਮਨ ਸਾ ਮਨੇ ਸਮਾਏ ਉਲਟ ਕਮਲ ਅੰਮ੍ਰਿਤ ਪਰਿਆ ਇਹੋ ਮਨ ਕਤੋ ਨ ਜਾਏ ਹੁਣ ਸਾਡਾ ਜਿਹੜਾ ਹਿਰਦੇ ਕਮਲ ਹੈ ਇਹ ਉਲਟਿਆ ਹੋਇਆ ਹੈ ਅੰਮ੍ਰਿਤ ਹੁਣ ਵੀ ਸਾਡੇ ਅੰਦਰ ਵਰਸ ਰਿਹਾ ਹੈ ਲੇਕਿਨ ਉਸ ਨੂੰ ਤੇ ਪੰਜੇ ਡਾਕੂ ਕਾਮ ਕਰੋਧ ਲੋਭ ਮੋਹ ਹੰਕਾਰ ਗੁਰੂ ਸਾਹਿਬ ਕਹਿੰਦੇ ਹੈ ਜੇ ਸਾਡਾ ਬਰਤਨ ਸਾਡਾ ਘੜਾ ਮੁੱਦਾ ਵਜਿਆ ਹੋਇਆ ਹੈ ਬੇਸ਼ੱਕ ਸਾਰਾ ਸਾਲ بارشਾਂ ਹੋਈ ਜਾਣ ਉਹਦੇ ਅੰਦਰ ਇੱਕ ਕਤਰਾ ਵੀ ਪਾਣੀ ਦਾ ਨਹੀਂ ਜਾਏਗਾ ਅਗਰ ਆਪਾਂ ਉਸ ਘੜੇ ਨੂੰ ਜਾਂ ਕੱਪ ਨੂੰ ਆਪਾਂ ਸਿੱਧਾ ਕਰ ਦੇਵਾਂਗੇ ਇੱਕ بارش ਨਾਲ ਹੀ ਤਾਂ ਦੂਸਰੀ ਨਾਲ ਉੱਪਰ ਜਾਏਗਾ ਇਸੇਤ ਰਾਜੋ ਸਾਡਾ ਜਿਹੜਾ ਹਿਰਦੇ ਕਮਲ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਆ ਉਹਦੇ ਭਾਂਡੇ ਕਸੂਨ ਨ ਸਮਾਵੈ ਸਿੱਧੇ ਪਵੈ ਅਮਰਤ ਧਾਰ ਜਿੰਨਾ ਚਿਰ ਸਾਡਾ ਹਿਰਦੇ ਕਮਲ ਮੂਦਾ ਹੈ ਪੁੱਠਾ ਹੈ ਉਹਦੇ ਅੰਦਰ ਉਹ ਅਮਰਤ ਤਾਂ ਹੁਣ ਵੀ ਬਰਸ ਰਿਹਾ ਹੈ ਉਹ ਅਮਰਤ ਚੋਰਾ ਅੰਦਰ ਵੀ ਹੈ ਠੱਗਾ ਅੰਦਰ ਵੀ ਹੈ ਸਾਧੂ ਸੰਤਾਂ ਮਹਾਤਮਾ ਅੰਦਰ ਵੀ ਹੈ ਸਾਧੂ ਸੰਤ ਮਹਾਤਮ ਨੇ ਤਾਂ ਆਪ ਦਾ ਹਿਰਦੇ ਕਮਲ ਗੁਰੂਆਂ ਦੀ ਦਇਆ ਦੇ ਨਾਲ ਸਿੱਧਾ ਕਰ ਲਿਆ ਹੈ ਉਸ ਉਹਨਾਂ ਨੂੰ ਸ਼ਾਂਤੀ ਹੁੰਦੀ ਹੈ ਤ੍ਰਿਪਤ ਹੁੰਦੀ ਹੈ ਸੰਤੋਸ਼ ਹੁੰਦਾ ਹੈ ਲੇਕਿਨ ਮਨਮੁਖਾਂ ਦਾ ਜਿਹੜਾ ਹੈ ਉਹਦੇ ਅੰਦਰ ਇੱਕ ਤੁਪਕਾ ਵੀ ਉਹ ਅਮਰਤ ਦਾ ਨਹੀਂ ਜਾਂਦਾ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਆ ਉਹ ਪੀ ਰਹੇ ਹੈ ਤੋਂ ਆਪ ਕਹਿੰਦੇ ਸਿੱਧੇ ਪਵਾ ਅਮਰਤ ਧਾਰ ਅਮਰਤ ਦੀ ਜੋ ਧਾਰ ਹੈ ਉਹ ਸਿੱਧੇ ਆ ਕੇ ਪੈਂਦੀ ਹੈ ਗੁਰੂ ਸਾਹਿਬ ਕਹਿੰਦੇ ਆ ਅਮਰਤ ਰਸ ਸਤਗੁਰੂ ਚੁਆਇਆ ਦਸਵੇਂ ਦਵਾਰ ਪ੍ਰਗਟ ਹੋਇਆ ਆਇਆ ਉਹ ਅਮਰਤ ਕੋਈ ਖਾਲੀ ਨਹੀਂਗਾ ਜਦੋਂ ਅਸੀਂ ਆਪਦੀ ਆਤਮਾ ਤੋਂ ਤਿੰਨੇ ਪਰਦੇ ਲਾ ਕੇ ਬ੍ਰह्म ਪਾਰ ਬ੍ਰह्म ਦੇ ਵਿੱਚ ਪਹੁੰਚ ਜਾਣੇ ਹਨ ਉਸ ਵੇਲੇ ਉਹ ਗੁਰੂ ਅੰਮ੍ਰਿਤ ਸਾਡੇ ਅੰਦਰ ਚੁੰਦਾ ਹੈ ਉਹ ਥੋੜਾ ਜਾਂ ਨਹੀਂ ਚੁੰਦਾਗਾ ਉਸ ਨੂੰ ਪੀ ਕੇ ਹੀ ਆਤਮਾ ਦੇ ਅੰਦਰ ਸ਼ਾਂਤੀ ਆਉਂਦੀ ਹੈ ਤ੍ਰਿਪਤੀ ਆਉਂਦੀ ਹੈ ਔਰ ਖੁਸ਼ੀ ਹੁੰਦੀ ਹੈ ਤਾਂ ਇਸ ਵਾਸਤੇ ਆਪ ਪਿਆਰ ਨਾ ਕਹਿੰਦੇ ਹੈ ਜਦ ਤੱਕ ਅਸੀਂ ਉੱਥੇ ਨਹੀਂ ਪਹੁੰਚਦੇਗੇ ਤੋ ਉਹਨਾਂ ਜਿਕਰ ਕੀ ਹੈ ਅਸੀਂ ਉਸ ਤੋਂ ਵਾਂਝੇ ਹੈ ਗੁਰੂ ਸਾਹਿਬ ਕਹਿੰਦੇ ਹੈ ਘਰ ਹੀ ਘਟ ਹੀ ਮੈਂ ਅਮਰਤ ਭਰਪੂਰ ਹੈ ਮਨ ਮੁੱਖਾ ਸਾਧਨਾ ਪਾਇਆ ਜਿਉ ਕਸਤੂਰੀ ਮਿਰਗ ਨਾ ਜਾਣੇ ਉਹ ਪਰਮ ਦਾ ਪਰਮ ਪਰਮਾਇ ਸਾਡੀ ਜਿਹੜੀ ਦੇਹ ਹੈ ਇਹ ਅਮਰਤ ਦਾ ਚਸ਼ਮਾ ਹੈ ਔਰ ਹੁਣ ਇਸ ਅਮਰਤ ਨੂੰ ਮਾਇਆ ਪੀ ਰਹੀ ਹੈ ਮਾਇਆ ਦੇ ਭੋਗ ਪੀ ਰੇ ਹੈ ਇਸ ਵਾਸਤੇ ਗੁਰੂ ਨਾਨਕ ਕਹਿੰਦੇ ਹੈ ਕਿ ਸਾਡਾ ਜਿਹੜਾ ਹਿਰਦਾ ਕਮਲ ਹੈ ਉੱਥੇ ਜਾ ਕੇ ਜਿਹੜਾ ਉਲਟਿਆ ਹੈ ਉਹ ਸਿੱਧਾ ਹੋ ਜਾਂਦਾ ਹੈ ਜੀ ਉਲਟ ਕਮਲ ਅਮਰਤ ਪਰਿਆ ਇਹੋ ਮਨਕ ਤੋਂ ਨਾਈ ਕਿਉਂਕਿ ਮਨ ਲਜਿਤ ਆਸ਼ਿਕ ਹੈ ਸਾਨੂੰ ਪਤਾ ਹੈ ਕਿ ਇਸ ਨੂੰ ਦੁਨੀਆ ਦੀਆਂ ਜਿੰਨੀਆਂ ਮਰਜ਼ੀ ਲਜਤਾ ਤੁਸੀਂ ਦੇ ਦਿਓ ਇਹ ਕਦੇ ਵੀ ਤ੍ਰਿਪਤ ਨਹੀਂ ਹੁੰਦਾਗਾ ਥੋੜੇ ਦਿਨ ਉਸ ਲਜਿਤ ਤੇ ਖੁਸ਼ ਹੁੰਦਾ ਫਿਰ ਉਹਨੂੰ ਛੱਡ ਦਿੰਦਾ ਉਹ ਤੋਂ ਚੰਗੀ ਪਾਲਦਾ ਹੈ ਤਾਂ ਸਾਰਿਆਂ ਨੂੰ ਚੰਗੀ ਲਜਿਤ ਕਿਹੜੀ ਹੈ ਉਹ ਨਾਮ ਦੀ ਹੈ ਸ਼ਬਦ ਦੀ ਹੈ ਉਸ ਨੂੰ ਇਹ ਪ੍ਰਾਪਤ ਕਰਕੇ ਇਹ ਕਿਸੇ ਪਾਸੇ ਜਾਂਦਾ ਨਹੀਂ ਮਨ ਮੂਸਾ ਪਿੰਗਲ ਪਿਆ ਪਾਰਾ ਹਰ ਨਾਮ ਆਪ ਕਹਿਣ ਲੱਗੇ ਜਿਸ ਤਰ੍ਹਾਂ ਚੂਹੇ ਨੂੰ ਮੂਸੇ ਨੂੰ ਪਕੜਨ ਵਾਲੇ ਕੀ ਕਰਦੇ ਹੈ ਉਹਨੂੰ ਪਾਰਾ ਪਿਆ ਦਿੰਦੇ ਹੈ ਉਹ ਸਾ ਜਿਉਂਦਾ ਜਰੂਰ ਰਹਿੰਦਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਉਹ ਹਰਕਤ ਵੀ ਕਰਦਾ ਹੈ ਲੇਕਿਨ ਭਜ ਨਹੀਂ ਸਕਦਾਗਾ ਕਿਉਂਕਿ ਉਹ ਭਾਰਾ ਹੁੰਦਾ ਹੈ ਤੋਂ ਸੰਤ ਇਹ ਨਹੀਂ ਸਾਨੂੰ ਕਹਿੰਦੇ ਵੀ ਤੁਸੀਂ ਮਨ ਨੂੰ ਮਾਰ ਦਿਓਗੇ ਜਾਂ ਮਾਰੋ ਮਨ ਨੂੰ ਕਿੰਨੇ ਦਿਨ ਮਾਰੋਗੇ ਸੋ ਇਸ ਵਾਸਤੇ ਜਿੰਨਾ ਅਸੀਂ ਮਨ ਨੂੰ ਦਬਾਵਾਂਗੇ ਦਿਲ 'ਚ ਖਿਆਲ ਹੁੰਦਾ ਹੈ 10 ਦਿਨ ਗੁਰਦੁਆਰੇ ਗੇੜਾ ਮਾਰਿਆ ਮੰਦਿਰ 'ਚ ਗਏ ਮਸਜਿਦ ਗਏ ਧੂਣੀ ਤਪਾਈ ਜਲਤਾਰਾ ਕੀਤਾ ਦਿਲ ਚ ਖਿਆਲ ਜ਼ਰੂਰ ਆ ਜਾਂਦਾ ਹੈ ਕਿ ਅਸੀਂ ਸ਼ਾਇਦ ਮਨ ਨੂੰ ਮਾਰ ਲਿਆ ਜਾਂ ਮਨ ਸਾਡੇ ਵਸ ਵਿੱਚ ਆ ਗਿਆ। ਜਾਂ ਤੇ ਤਜਰਬਾ ਹੈ ਕਿ ਮਨ ਵਸ ਵਿੱਚ ਨਹੀਂ ਆਉਂਦਾਗਾ ਬਲਕਿ ਹੋਰ ਜੋਸ਼ ਮਾਰਦਾ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਸੱਪ ਪੜਾਈ ਪਾਈਐ ਵਿਖ ਅੰਤਰ ਮਨ ਰੋਸ ਜਿਸ ਤਰ੍ਹਾਂ ਆਪਾਂ ਕਿਸੇ ਜ਼ਹਿਰੀਲੇ ਸੱਪ ਨੂੰ ਪਟਾਰੀ ਅੰਦਰ ਬੰਦ ਕਰ ਲਈਏ ਆਪਾਂ ਉਹਦੀ ਜ਼ਹਿਰ ਤੋਂ ਕਦੇ ਵੀ ਬਚ ਨਹੀਂ ਸਕਦੇਗੇ ਬੇਖੌਫ ਨਹੀਂ ਹੋ ਸਕਦੇਗੇ ਉਹਦੀ ਜਦ ਵੀ ਆਦਤ ਪਏਗੀ ਮਿਲੇਗੀ ਉਹ ਆਪਦੀ ਆਦਤ ਤੋਂ ਕਦੇ ਵੀ ਬਾਜ਼ ਨਹੀਂ ਆਏਗਾ ਉਹ ਜ਼ਰੂਰ ਡੰਗ ਮਾਰੇਗਾ ਸਾਡੇ ਉਤੇ ਆਪਦੇ ਜ਼ਹਿਰ ਦਾ ਅਸਰ ਕਰੇਗਾ ਇਸੇ ਤਰ੍ਹਾਂ ਸੀ ਆਰ ਜੀ ਸਾਧਨ ਕਰਕੇ ਸੋਚਦੇ ਹਨ ਕਿ ਸ਼ਾਇਦ ਸਾਡਾ ਮਨ ਵਸ ਵਿੱਚ ਆ ਗਿਆ ਹੁਣ ਕੀ ਹੈ ਇਹ ਸਰੀਰ ਪਟਾਰੀ ਹੈ ਇਹਦੇ ਅੰਦਰ ਉਹ ਮਨ ਬੈਠਾ ਹੈ ਜੇਹੇਲਾ ਸੱਪ ਬੈਠਾ ਹੈ ਸੱਪ ਕਿੰਨਾ ਦਾ ਮਨ ਹੈ ਬਈ ਜਿਹੜੇ ਲੋਕ ਇਹ ਆਰ ਜੀ ਸਾਧਨਾ ਨਾ ਕਹਿੰਦੇ ਹੈ ਮੈਂ ਦੱਸਦਾ ਹੁਣ ਨਾ ਹੈ ਕਿ ਜਦ ਮੈਂ ਬਾਬਾ ਬਿਸ਼ਨਦਾਸ ਕੋਲੇ ਧੂਣੀਆਂ ਤਪਾ ਕੇ ਗਿਆ ਆਪਦੇ ਦਿਲ ਦੇ ਵਿੱਚ ਤੇ ਇਹ ਖਿਆਲ ਸੀ ਵੀ ਸ਼ਾਇਦ ਇਹ ਮਹਾਤਮਾ ਬੜਾ ਆਦਰ ਦੇਣਗੇ ਬੇ ਨੇ ਕਿਤਨੀ ਗਰਮੀ ਦੇ ਅੰਦਰ ਧੂਣੀਆਂ ਤਪਾਈਆਂ ਹਨ ਲੇਕਿਨ ਜਦ ਉਹ ਨਾ ਪਾਸ ਗਏ ਉਹ ਕਹਿੰਦੇ ਵੀ ਬੇਟਾ ਅੱਗ ਤਾਂ ਪਹਿਲਾਂ ਹੀ ਅੰਦਰ ਬੜੀ ਜਲ ਰਹੀ ਹੈ ਪੰਜ ਪ੍ਰਕਾਰ ਦੀ ਅੱਗ ਹੈ ਫਿਰ ਉਹ ਹੱਸ ਕੇ ਕਹਿਣ ਲੱਗੇ ਹੋਰ ਵੀ ਬੜੀ ਹੈ 25 ਪ੍ਰਕਿਰਤੀਆਂ ਹਨ ਮਨ ਹੈ ਮਾਇਆ ਹੈ ਰਜੋ ਹੈ ਤਮੋ ਗੁਣ ਹੈ ਸਤੋ ਗੁਣ ਹੈ ਬੜਾ ਕੁਝ ਅੰਦਰ ਹੈ ਤੇ ਜੇ ਬਾਹਰ ਪਿੰਡਾ ਸੜਾ ਕੇ ਆ ਗਏ ਹੈ ਤੇ ਫਿਰ ਕੀ ਫਰਕ ਪੈ ਗਿਆ ਹੈ ਸੋ ਇਸ ਵਾਸਤੇ ਸੰਸ ਨੂੰ ਪਿਆਰ ਦੇ ਨਾਲ ਕਹਿੰਦੇ ਹੈ ਕਿ ਉਲਟ ਕਮਲ ਅਮਰਤਪੁਰਿਆ ਇਹ ਮਨਕਤ ਹੁਣ ਸਾਡਾ ਉਹ ਜਿਹੜਾ ਅਸੀਂ ਉਹਨਾਂ ਚਿਰ ਸਭ ਤੋਂ ਜ਼ਰੂਰ ਬਚੇ ਹੈ ਜਿੰਨਾ ਚਿਰ ਉਹ ਪਟਾਰੀ ਵਿੱਚ ਬੰਦ ਹੈ ਜਦੋਂ ਉਸ ਦਾ ਮੌਕਾ ਨਿਕਲਦਾ ਹੈ ਉਹ ਫੇਰ ਮੈਂ ਇੱਕ ਮਹਾਤਮਾ ਦੀ ਗੱਲ ਦੱਸਦਾ ਹੁੰਦਾ ਹੈ ਮੇਰਾ ਉਹਦੇ ਨਾਲ ਖਾਸ ਲਗਾਓ ਹੁੰਦਾ ਸੀਗਾ ਜਿੱਥੇ ਬਾਬਾ ਬਿਸ਼ਨਦਾਸ ਹੋਏ ਹੈ ਉਸੇ ਪਿੰਡ ਦੇ ਵਿੱਚੋਂ ਰਹਿੰਦਾ ਹੁੰਦਾ ਸੀਗਾ ਉਹ ਅਦਾਸੀਆਂ ਖਾੜੇ ਦਾ ਬੜਾ ਮਹੰਤ ਬਣ ਗਿਆ ਬੜਾ ਪੈਸੇ ਦਾ ਮਾਲਕ ਬਣਿਆ ਉਹਨੇ ਬੱਗੀ ਵਗੈਰਾ ਵੀ ਬਣਾਈ ਆਪਦੇ ਸੈਰ ਕਰਨ ਵਾਸਤੇ ਤੋਂ ਉਸ ਦੀ 10 ਕਿੱਲੇ ਜ਼ਮੀਨ ਪਿੱਛੇ ਸੀਗੀ ਜਦ ਉਸ ਪਿੰਡ ਦੇ ਲੋਕ ਉਸ ਨੂੰ ਮਿਲੇ ਉਹਨੂੰ ਪਿਆਰ ਨਾਲ ਕਹਿਣ ਲੱਗੇ ਵੀ ਤੇਰੀ 10 ਕਿੱਲੇ ਜ਼ਮੀਨ ਆ ਤੇਰੇ ਭਰਾਵਾ ਹੀ ਜਾਂਦੇ ਹੈ ਤੂੰ ਉਹਦਾ ਹਿੱਸਾ ਤਾਂ ਲੈ ਉਹ ਪਿੰਡ ਵਿੱਚ ਆਇਆ ਕੋਸ਼ਦੰਤਵ ਨੇ ਆਦਮੀ ਪਰਜਾਨੀਆਂ ਵਗੈਰਾ ਨੂੰ ਕਿਹਾ ਮੈਥੋਂ ਭਾਈ ਪੱਲਾ ਨਾ ਕਰੋ ਮੈਂ ਸਾਧੂ ਹੋ ਗਿਆ ਹਾਂ ਕਿਉਂਕਿ ਸਾਡਾ ਮਨ ਬੜੇ ਹੀ ਸਾਡੇ ਨਾਲ مخਾਲ ਕਰਦਾ ਹੈ ਉਹ ਕਹਿੰਦੀ ਆ ਵੀ ਅਸੀਂ ਤਾਂ ਆਪਦੀ ਜ਼ਕੀਰੀ ਰੱਖਾਂਗੇ ਫਿਰ ਥੋੜੇ ਬੋਧੇ ਚਿਰ ਪਿਛੋ ਕਿਸੇ ਨੇ ਸਲਾਹ ਦਿੱਤੀ ਬਈ ਤੂੰ ਸ਼ਾਦੀ ਕਰਾਏ ਜ਼ਮੀਨ ਦਾ ਮਾਲਕ ਕੌਣ ਬਣੇਗਾ ਹੁਣ ਬੁੱਢਾ ਆਦਮੀ 70 75 ਸਾਲ ਦਾ ਹੁਣ ਕੌਣ ਵੀ ਲੜਕੀ ਦੇਵੇ ਤੋ ਬਾਬਾ ਬਿਸ਼ਿੰਦਾਸ ਨੂੰ ਪਤਾ ਲੱਗਿਆ ਉਹ ਉਹਨਾਂ ਨੇ ਬੁਲਾਇਆ ਕਿ ਏਕ ਮੰਦਾਸ ਤੂੰ ਬੱਚ ਉਹ ਆਦਾ ਜੀ ਨਹੀਂ ਉਸ ਨੇ ਇੱਕ ਔਰਤ ਲਿਆਂਦੀ ਔਰਤ ਲਿਆਂਦੀ ਕੁਛ ਦਿਨਾਂ ਬਾਅਦ ਜਿਹੜੇ ਲੋਕਾਂ ਨੇ ਐਸਾ ਕਰ ਹੀ ਲੈਂਦੇ ਹੈ ਜਿਨ੍ਹਾਂ ਨੇ ਮੁੱਲ ਦੀ ਲਿਆ ਕੇ ਛੱਡੀ ਸੀ ਉਹਦੇ ਕੋਲੇ ਉਹ ਔਰਤ ਲੈ ਗਏ ਨਾਲੇ ਪੈਸੇ ਗਏ ਲੇਕਿਨ ਮਨ ਦੇ ਅੰਦਰ ਹੋਰ ਅਗ ਮਚੀ ਉਸ ਨੇ ਇੱਕ ਹੋਰ ਲਿਆਂਦੀ 500 ਰੁਪਏ ਦੀ ਉਹ ਦਾ ਸਸਤੇ ਭਾਅ ਹੁੰਦੇ ਸੀਗੇ ਔਰ ਉਹ ਕਿਸੇ ਜਵਾਨ ਲੜਕਾ ਉਸ ਨੂੰ ਮਿਲ ਗਿਆ ਔਰ ਏਕਮਦਾਸ ਬਿਲਕੁਲ ਬੁੱਢਾ ਹੋ ਗਿਆ ਲੱਤਾਂ ਤੇ ਪਟੀਆਂ ਵੱਧੀਆਂ ਹੋਇਆ ਕਰਨ ਮੈਂ ਬਾਬਾ ਬਿਸ਼ਨ ਦਾਸ ਦੇ ਦਰਸ਼ਨਾਂ ਨੂੰ ਗਿਆ ਅੱਗੋਂ ਏਕਮਦਾਸ ਸ਼ਹਿਰ ਨੂੰ ਆ ਰਿਹਾ ਸੀਗਾ ਜੋ ਪਿੰਡੀਆਂ ਸਨ ਉਹ ਤਾਂ ਉਹਦੇ ਸਿਰ ਤੇ ਸਨ ਜੋ ਟੈਂਡੋ ਸਨ ਵੀ ਜੇ ਇਹ ਕੱਪੜੇ ਚ ਬਣਿਆ ਤੇ ਖਰਾਬ ਹੋ ਜਾਣਗੇ ਉਹ ਢੂਈ ਤੇ ਰੱਖੀਆਂ ਹੋਈਆਂ ਸਨ 5-6 ਕਿਲੋ ਤੇ ਛੋਟੀ ਦੇ ਉਪਰਾਂ ਤੁਰਿਆ ਹੁੰਦਾ ਸੀ ਕੁਬਾ ਕੁਬਾ ਮੈਂ ਕੋਲ ਦੀ ਨਗਿਆ ਮੈਨੂੰ ਕਹਿੰਦਾ ਅਜਾਇਬ ਸਿਓ ਹੈ ਕਿਉਂਕਿ ਮੈਂ ਅਦਾਸੀ ਮੱਧ ਦੇ ਵਿੱਚ ਰਿਆ ਹੈ ਮੈਥੋਂ ਮਾਸੜ ਕਹਾਉਂਦਾ ਸੀ ਮੈਨੂੰ ਤਾਂ ਪਤਾ ਨਹੀਂ ਉਹ ਕਿਉਂ ਕਹਾਉਂਦਾ ਸੀ ਤਾਂ ਮੈਂ ਕਿਹਾ ਹਾਂ ਮੈਨੂੰ ਆਦਾ ਮੇਰੇ ਆਏ ਬਿਨਾ ਨਾ ਜਾਈ ਮੈਂ ਤੇਨੂੰ ਕੋਈ ਗੱਲ ਦੱਸਣੀ ਐ ਮੈਂ ਆਖਿਆ ਵੀ ਅੱਛਾ ਤੂੰ ਜਲਦੀ ਆਹੀਂ ਉਹ ਆ ਗਿਆ ਕਿਉਂਕਿ ਮੈਂ ਵੀ ਟ੍ਰੇਨ ਪਕੜਨੀ ਸੀ ਮੈਨੂੰ ਆਦਾ ਕਿ ਮੈਂ ਪਿੰਡ ਦੇ ਵਿੱਚ ਗਾਮ ਚ ਤਾਂ ਸਾਰੇ ਹੋਕਾ ਦੇਤਾ ਬੇ ਕੋਈ ਸ਼ਾਦੀ ਨਾ ਕਰਾਇਓ ਤੇ ਮੈਂ ਤੇਨੂੰ ਵੀ ਕਹਿਣਾ ਵੀ ਤੂੰ ਸ਼ਾਦੀ ਨਾ ਕਰਾਈ ਮੈਂ ਉਹਨੂੰ ਕਿਹਾ ਵੀ ਤੂੰ ਅਜੇ ਵੀ ਝੂਠ ਬੋਲਦਾ ਹੈ ਸ਼ਾਦੀ ਦਾ ਕੋਈ ਨੁਕਸ ਨਹੀਂ ਸ਼ਾਦੀ ਮਾੜੀ ਚੀਜ਼ ਨਹੀਂ ਹੁੰਦੀਗੀ ਤੋ ਇਹ ਕਹਿ ਵੀ ਮੇਰੇ ਵਰਗਾ ਪੰਗਾ ਨਾ ਕੋਈ ਲੈ ਕਿਉਂਕਿ ਪਹਿਲਾਂ ਸਾਥ ਬਣ ਕੇ ਦਿਖਾਇਆ ਬੁੱਢਾ ਹੋਇਆ ਤੋ ਫੇਰ ਸ਼ਾਦੀ ਦਾ ਕੀ ਨੁਕਸਾ ਵੀ ਫੇਰ ਸ਼ਾਦੀ ਥੋੜੋ ਜਿਹੀ ਸ਼ਾਦੀ ਆ ਵੀ ਤਾਂ 100 ਸ਼ਰਮ ਹੁੰਦੀ ਹੈ ਬਈ ਉਹਦੇ ਮਾਪੇ ਪੇਕੇ ਹੁੰਦੇ ਆ ਤੋ ਆਖਰ ਉਹ ਬੰਦਾ ਉਹਨਾਂ ਨੇ ਘਰੋਂ ਕੱਢਿਆ ਕੋਟ ਕਪੂਰੇ ਉਹ ਤੰਦੂਰਾਂ ਤੇ ਭਾਂਡੇ ਮਾਜਦਾ ਮਰਿਆ ਸੀਗਾ ਮੇਰੇ ਕਹਿਣ ਦਾ ਭਾਵ ਇਸ ਦਸਨ ਦਾ ਹੱਦੀਤੀ ਦਾ ਜਿਹੜੀ ਮੈਂ ਖੁਦ ਦੇਖੀ ਹੈ ਕਿ ਅਸੀਂ ਲੋਕ ਥੋੜਾ ਬਹੁਤਾ ਇਸ ਤਰ੍ਹਾਂ ਆਰ ਜੀ ਸਾਧੂ ਬਣ ਜਾਂਦੇ ਹੈ ਔਰ ਜਦੋਂ ਮਨ ਦਾ ਸਾਹਮਣਾ ਕਰਨਾ ਪੈਂਦਾ ਹੈ ਉਸ ਵੇਲੇ ਸਾਡੀ ਹਾਲਤ ਪਹਿਲਾਂ ਨਾਲੋਂ ਵੀ ਭੱਦੀ ਹੋ ਜਾਂਦੀ ਹੈ ਬਲਕਿ ਮਨ ਹੋਰ ਵੀ ਕਬੀਰ ਸਾਹਿਬ ਕਹਿੰਦੇ ਕਬੀਰਾ ਇਹ ਮਨ ਮਸ਼ਕਰਾ ਕਹੂੰ ਤ ਮਾਨੇ ਰੋਸ ਜੇ ਪੰਡੇ ਸਹਿ ਮਿਲੇ ਤਹੀਂ ਨ ਚੱਲੇ ਕੋਸ ਇਹਨੇ ਬੜੇ ਬੜੇ ਰਿਖੀਆਂ ਮੁੰਨੀਆਂ ਨੂੰ ਮਖੌਲ ਕੀਤੇ ਹੈ ਸੋ ਇਸ ਵਾਸਤੇ ਪੁਲਿਤ ਕਮਲ ਅਮਰਤ ਪਰ ਆ ਪਿਆਰ ਨਾ ਕਹਿੰਦੇ ਹੈ ਜਦੋਂ ਅਸੀਂ ਮਹਾਤਮਾ ਦੱਸੀ ਹੋਈ ਯੁਗਤੀ ਦੇ ਮੁਤਾਬਕ ਸ਼ਬਦ ਨਾਮ ਦੀ ਕਮਾਈ ਕਰਦੇ ਹੈ ਜਦ ਅਸੀਂ ਸੁਖਮਨਾ ਔਰ ਸੁਨ ਮੰਡਲ ਤੋਂ ਉੱਪਰ ਜਾਂਦੇ ਹੈ ਸਾਡਾ ਹਿਰਦੇ ਕਮਲ ਜਿਹੜਾ ਹੈ ਉਹ ਪਹਿਲਾ ਮੂਦਾ ਹੈ ਫਿਰ ਸਿੱਧਾ ਹੋ ਜਾਂਦਾ ਹੈ ਉਹ ਅਮਰਤ ਦੇ ਨਾਲ ਪਰ ਜਾਂਦਾ ਹੈ ਜਿੱਥੇ ਮਨ ਨੂੰ ਜਾ ਕੇ ਸ਼ਾਂਤੀ ਆ ਜਾਂਦੀ ਹੈ ਮਠਾਸ ਮਿਲ ਜਾਂਦਾ ਹੈ ਇਹ ਦੁਨੀਆ ਦੇ ਰਸਾ ਨੂੰ ਨਹੀਂ ਲੱਗਦਾਗਾ ਜੀ ਉਲਟ ਕਮਲ ਅਮਰਤ ਪਰਿਆ ਇਹੋ ਮਨ ਕਤੋਂ ਨਾਂ ਜਾ ਪਨਾ ਵੀਸਰੇ ਆਦ जुगाਦ ਸਮਾਏ ਆਪ ਕਹਿੰਦੇ ਜਿਹੜਾ ਬਗੈਰ ਕਿਸੇ ਸਹਾਇਤਾ ਤੋਂ ਉਹ ਅੰਦਰ ਅਜੱਪਾ ਜਾਪ ਹੋ ਰਿਹਾ ਹੈ ਬਿਨਾ ਬਜਾਇਆ ਉਹ ਸ਼ਬਦ ਵੱਜ ਰਿਹਾ ਹੈ ਉਹ ਦਿਨ ਰਾਤ ਹੀ ਤੁਨਕਾਰਾ ਦੇ ਰਿਹਾ ਹੈ ਚਲਦੇ ਹੈ ਉੱਠਦੇ ਹੈ ਬੈਂਦੇ ਹੈ ਖਿਆਲ ਉੱਥੇ ਹੀ ਜੁੜਿਆ ਹੈ ऐसे महात्मा ਦੀ ਜੋ ਵਸਤਾ ਹੁੰਦੀ ਹੈ ਉਹ ਤੇਲ ਦੀ ਸਾ ਤੇਲ ਦੀ ਧਾਰ ਦੀ ਤਰ੍ਹਾਂ ਹੋ ਜਾਂਦੀ ਹੈ ਨਾ ਸੁੱਤੇ ਦੀ ਲੁੱਟਦੀ ਹੈ ਨਾ ਜਾਗਦੇ ਦੀ ਨਾ ਗੱਲਾਂ ਕਰਦੇ ਦੀ ਗੁਰੂ ਨਾਨਕ ਕਹਿੰਦੇ ਮੁਖ ਦੀ ਬਾਤ ਸਗਰ ਸਿਉ ਕਰਦਾ ਜੀ ਸੰਗ ਪ੍ਰਭ ਆਪਣੇ ਤਰਦਾ ਆਪਾਂ ਨੂੰ ਪਤਾ ਹੈ ਕਿ ਜਿਸ ਤਰ੍ਹਾਂ ਆਪਾਂ ਕੋਲੂ ਜੋੜਦੇ ਹੈ ਜਾਂ ਹਲਟ ਵਗੈਰਾ ਜੋੜਦੇ ਹੈ ਜਿਹੜੇ ਬਲਦ ਹੈ ਉਹ ਹੋਰ ਸਾਈਡ ਦੇ ਵਿੱਚ ਤੁਰਦੇ ਹੈ ਲੇਕਿਨ ਉਹ ਪਾਣੀ ਕੀ ਹੈ ਉਹ ਹੋਰ ਪਾਸੇ ਤੋਂ ਖਿੱਚਦਾ ਹੈ ਉਹਨਾਂ ਦਾ ਕਨੈਕਸ਼ਨ ਜੁੜਿਆ ਹੁੰਦਾ ਹੈ ਲੱਠ ਦੇ ਨਾਲ ਕਨੈਕਸ਼ਨ ਜੁੜਿਆ ਹੈ ਸੋ ਇਸੇ ਤਰ੍ਹਾਂ ਸਾਡਾ ਵੀ ਕਨੈਕਸ਼ਨ ਉਸ ਮਾਲਕ ਦੇ ਨਾਲ ਜੁੜ ਜਾਂਦਾ ਹੈ ਜਵਾਨ ਨਾ ਬਾਤ ਕਰਦੇ ਹਨ ਲੇਕਿਨ ਅਜਪਾ ਜਾਪ ਤੇ ਨਾਲ ਉਹ ਸੁਰਤ ਲੱਗੀ ਹੋਈ ਹੈ ਜੀ ਅਜਪਾ ਜਾਪ ਨੀਸਰੇ ਕਾਦ ਸਮਾਈ ਸਬ ਸਖੀਆਂ ਪੰਚੇ ਮਿਲੇ ਗੁਰਮੁਖ ਨਿਜ ਕਰਵਾਸ ਗੁਰੂ ਨਾਨਕ ਦੇਵ ਜੀ ਸ਼ੇਖ ਬਰਮਨ ਨੂੰ ਕਹਿੰਦੇ ਹੈ ਕਿ ਅੱਜ ਤਾਈ ਜੋ ਵੀ ਮਿਲਿਆ ਹੈ ਇਹ ਪੰਜਾ ਸ਼ਬਦਾਂ ਦੇ ਜਰੀਏ ਪੰਜਾ ਮੰਜ਼ਲਾਂ ਦੇ ਵਿੱਚ ਦੀ ਜਾ ਕੇ ਉਸ ਪਰਮਾਤਮਾ ਨੂੰ ਮਿਲਿਆ ਹੈ ਜੋ ਸਤਿਗੁਰੂ ਨੂੰ ਮਿਲ ਕੇ ਸਹਿਜ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਹੈ ਉਹ ਗੁਰਮੁਖ ਲੋਕ ਉਸ ਨਿਜ ਘਰ ਜਿੱਥੋਂ ਆਤਮਾ ਸ਼ੁਰੂ ਵਿੱਚ ਆਈ ਸੀ ਉੱਥੇ ਪਹੁੰਚ ਜਾਂਦੇ ਹੈ ਜੀ ਸਭ ਸਖੀਆਂ ਪੰਜੇ ਮਿਲੇ ਗੁਰਮੁਖ ਨਿਜ ਕਰਵਾਸ ਸ਼ਬਦ ਕੋਜ ਇਹ ਕਰ ਲਹਿ ਨਾਨਕ ਤਾ ਕਾਸ ਆ ਪਿਆਰ ਨਾ ਕਹਿੰਦੇ ਹੈ ਜਿਹੜਾ ਵੀ ਸ਼ਬਦ ਦੀ ਕਮਾਈ ਕਰਕੇ ਸੰਤਾਂ ਨੇ ਦੱਸੇ ਤੇ ਤਰੀਕੇ ਤੇ ਚੱਲ ਕੇ ਇੱਥੇ ਪਹੁੰਚ ਜਾਂਦਾ ਹੈ ਮੈਂ ਉਹਦਾ ਦਾਸ ਹਾਂ ਮੈਂ ਉਹਦੇ ਚਰਨ ਛੂਨ ਨੂੰ ਤਿਆਰ ਹਾਂ ਫਿਰ ਆਪਨੇ ਕਿਹਾ ਸਭ ਸਖੀਆਂ ਉਥੇ ਸਭ ਸਖੀਆਂ ਜਿਹੜੀਆਂ ਪਹਿਲਾਂ ਪਹੁੰਚੀਆਂ ਹਨ ਸੰਤਮਹਾਤਮਾ ਦੀਆਂ ਰੂਹਾਂ ਉਹਨਾਂ ਦੇ ਨਾਲ ਉਹਨਾਂ ਦਾ ਮਲਾਪ ਹੋ ਜਾਂਦਾ ਹੈ ਇਹ ਨਹੀਂ ਕਿਉਂਕਿ ਅਸੀਂ ਜਿਹੜੇ ਬਾਹਰੋਂ ਟੇਕ ਬੰਨੀ ਬੈਠੇ ਹਾਂ ਜਿੰਨਾ ਮਹਾਤਮਾ ਦੀ ਨਾ ਸੀ ਉਹਨਾਂ ਨੂੰ ਮਿਲ ਸਕਦੇ ਆ ਜਦੋਂ ਉਹਨਾਂ ਦੇ ਅਸੀਂ ਕਰਨੇ ਤੇ ਨਹੀਂ ਚੱਲਦੇ ਕਹਿਣ ਤੇ ਨਹੀਂ ਚੱਲਦੇ ਕਿਵੇਂ ਬਿਲਾਗੇ ਲੇਕਿਨ ਜੇ ਅਸੀਂ ਕਿਸੇ ਮਹਾਤਮਾ ਤੋਂ ਸ਼ਬਦ ਨਾਮ ਦਾ ਭੇਦ ਲੈ ਕੇ ਅੰਦਰ ਜਾਣੇ ਹੈ ਤੇ ਅਸੀਂ ਉਹਨਾਂ ਨੂੰ ਵੀ ਜਾ ਕੇ ਮਿਲ ਲੈਣੇ ਆ ਸਭ ਸਖੀਆਂ ਉਥੇ ਸਾਰੀਆਂ ਹੀ ਸਖੀਆਂ ਮਿਲ ਜਾਂਦੀਆਂ ਹੈ ਗੁਰੂ ਨਾਨਕ ਕਹਿੰਦੇ ਹੈ ਸੰਤ ਮੰਡਲ ਉਹਾਂ ਕਾ ਥਾਉ ਦੁੱਖ ਅੰਧੇਰਾ ਨਹੀਂ ਤੈ ਥਾਉ ਨਾਉ ਤੇ ਕੋਈ ਦੁੱਖ ਹੈ ਨਾ ਅੰਧੇਰਾ ਅਗਿਆਨਤਾ ਦਾ ਕਹਿਣ ਲੱਗੇ ਉਥੇ ਸਾਰੇ ਹੀ ਸੰਤ ਮੰਡਲ ਹੈ ਕਿ ਪਹੁੰਚੀਆਂ ਹੁਣ ਆਤਮਾ ਸਭ ਸਹੇਲੀਆਂ ਹਣ ਉੱਥੇ ਜਿਹੜੇ ਪਹੁੰਚਦੇ ਆ ਸਭ ਸੰਤਾਂ ਦਾ ਪਿਆਰ ਹੁੰਦਾ ਹੈ ਉਹਨਾਂ ਦਾ ਸਭ ਦਾ ਲਗਾਓ ਹੁੰਦਾ ਹੈ ਸੋ ਸਾਨੂੰ ਵੀ ਚਾਹੀਦਾ ਹੈ ਜੋ ਗੁਰੂ ਨਾਨਕ ਦੇਵ ਜੀ ਨੇ ਇਹ ਛੋਟੇ ਜਿਹੇ ਸ਼ਬਦ ਦੇ ਅੰਦਰ ਸ਼ੇਖ ਬਰਮ ਨੂੰ ਬੜੇ ਪਿਆਰ ਨਾਲ ਸਮਝਾਇਆ ਕੌਣ ਸੰਤ ਹੈ ਔਰ ਜਿਹੜਾ ਸਾਨੂੰ ਇਸ ਘਰ ਦੇ ਅੰਦਰ ਉਸ ਘਰ ਜਿੱਥੇ ਉਹ ਪਰਮਾਤਮਾ ਰਹਿੰਦਾ ਹੈ ਉਹਦਾ ਰਸਤਾ ਹੀ ਸ਼ਰੀਰ ਦੇ ਅੰਦਰ ਹੈ ਨਾਸਿਕਰ ਛੱਡਣਾ ਨਾ ਪੁੱਤਰ ਧੀਆਂ ਛੱਡਣੇ ਹੈ ਨਾ ਕੋਈ ਸਮਾਜ ਬਦਲਣੀ ਹੈ ਸਿਰਫ ਰਾਸਤਾ ਲੈ ਕੇ ਅਸੀਂ ਆਪਣੇ ਖਿਆਲ ਨੂੰ ਪਲਟਣਾ ਹੈ ਕਿ ਆਹ ਸ਼ਬਦ ਨਾਲ ਆਪ ਦੀ ਕਮਾਈ ਵਿੱਚ ਲਾਉਣਾ ਹੈ ਸੋ ਇਸ ਵਾਸਤੇ ਸਾਨੂੰ ਵੀ ਚਾਹੀਦਾ ਹੈ ਕਿ ਆਪ ਦੇ ਜੀਵਨ ਨੂੰ ਪਵਿੱਤਰ ਬਣਾਈਏ ਜੋ ਬੌਖਾ ਪ੍ਰਮਾਤਮਾ ਨੇ ਦਿੱਤਾ ਹੈ ਇਹਦਾ ਪੂਰਾ ਫਾਇਦਾ ਉਠਾਈਏ